ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਟੂ ਦਾ ਪੁਆਇੰਟ ਵਿੱਚ ਅੱਜ ਗੱਲ ਹੋਵੇਗੀ ਨੋਟਾਂ 'ਤੇ, ਪੈਸਿਆਂ ਦੀ ਗੱਲ। ਤੁਸੀਂ ਦੀਵਾਲੀ ਵਾਲੇ ਬਹੁਤ ਸੁਣਦੇ ਹੋ, ਦੀਵਾਲੀ ਦੇ ਦੀਵੇ ਜਿਹੜੇ ਉਹ ਜਾਗਦੇ ਰਹਿਣ ਹਮੇਸ਼ਾ, ਸਾਰੇ ਤੁਹਾਨੂੰ ਵਧਾਈਆਂ ਵੀ ਦਿੰਦੇ ਆ ਅਤੇ ਅਸੀਂ ਕਹਿੰਦੇ ਹਾਂ ਸਾਡਾ ਮੁਲਕ ਆ ਜਿਹੜਾ ਉਹ ਆਰਥਿਕ ਪੱਖੋਂ ਵੀ ਤਰੱਕੀ ਕਰਦਾ ਰਹੇ। ਪਰ ਆਰਥਿਕ ਪੱਖੋਂ ਮੁਲਕ ਨੇ ਕਿਹੜੀ ਤਰੱਕੀ ਕੀਤੀ ਹੈ, ਕਿ ਅਰਥਚਾਰਾ ਦੇਸ਼ ਦਾ ਕਿੱਥੇ ਖੜ੍ਹਾ ਹੈਗਾ, ਕਿਉਂਕਿ ਸਭ ਕੁਝ ਉਸੇ ਨਾਲ ਜੁੜਿਆ ਹੋਇਆ। ਅਤੇ ਇਸੇ ਕਰਕੇ ਸਵਾਲ ਇਹ ਪੁੱਛਣਾ ਪੈ ਰਿਹਾ ਕਿ ਠੀਕ 2 ਸਾਲ ਪਹਿਲਾਂ 8 ਨਵੰਬਰ ਨੂੰ ਰਾਤ 8 ਵਜੇ ਭਾਰਤ ਦੇ ਪ੍ਰਧਾਨ ਮੰਤਰੀ ਇੱਕ ਅਨਾਊਂਸਮੈਂਟ ਕਰਦੇ ਆ, ਫੈਸਲਾ ਕਰਦੇ ਆ ਅਤੇ ਬਹੁਤਿਆਂ ਦੇ ਚਿਹਰੇ ਉਤਰ ਜਾਂਦੇ ਆ, ਹਫੜਾ ਦਫੜੀ ਮੱਚ ਜਾਂਦੀ ਹੈ। ਏਟੀਐਮ ਵੱਲ ਜਾਇਆ ਜਾਂਦਾ, ਬੈਂਕਾਂ ਵੱਲ ਸਵੇਰੇ ਜਾਇਆ ਜਾਂਦਾ ਅਤੇ 50 ਦਿਨ ਮੰਗੇ ਜਾਂਦੇ ਆ। 50 ਦਿਨ ਜਿਹਨਾਂ ਨੇ ਮੰਗੇ ਸੀਗੇ ਉਹ 2 ਸਾਲ ਬਾਅਦ ਕੀ ਜਵਾਬ ਦੇਣਗੇ, ਇਸੇ ਕਰਕੇ ਸਵਾਲ ਪੁੱਛਣ ਲਾਜ਼ਮੀ ਹੈ। ਨੋਟਬੰਦੀ 2 ਸਾਲ, ਕੀ ਹੈ ਭਾਰਤ ਦਾ ਹਾਲ? ਅੱਜ ਬਹਿਸ ਕਿਉਂ ਕਰ ਰਹੇ ਹਾਂ, ਜਿਹਨਾਂ ਬਿੰਦੂ 'ਤੇ ਬਹਿਸ ਕਰ ਰਹੇ ਹਾਂ, ਟੂ ਦਾ ਪੁਆਇੰਟ ਵੇ ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸ ਦਈਏ ਅਤੇ ਉਸ ਤੋਂ ਬਾਅਦ ਇਹ ਬਹਿਸ ਸ਼ੁਰੂ ਕਰਾਂਗੇ। 2 ਸਾਲ ਪਹਿਲਾਂ 8 ਨਵੰਬਰ ਨੂੰ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਸਮਝ ਹੀ ਨਹੀਂ ਹੈਗੀ ਸੀ ਕਿਸੇ ਨੂੰ ਕਿ ਨੋਟਬੰਦੀ ਹੁੰਦੀ ਕੀ ਆ। ਉਸ ਦਿਨ ਪਤਾ ਲੱਗ ਗਿਆ ਜਦੋਂ ਜੇਬ 'ਚੋਂ ਪੈਸੇ ਮੁੱਕਣੇ ਸ਼ੁਰੂ ਹੋ ਗਏ। 500 ਅਤੇ 1000 ਦੇ ਨੋਟਾਂ ਨੂੰ ਲੀਗਲ ਟੈਂਡਰ ਵਜੋਂ ਮਾਨਤਾ ਰਾਤੋ ਰਾਤ ਹੀ ਰੱਦ ਕਰ ਦਿੱਤੀ ਗਈ ਅਤੇ ਦਿਨ ਮੰਗ ਲਏ ਗਏ 50। ਕਾਲਾ ਧਨ, ਜਾਲੀ ਕਰੰਸੀ, ਦਹਿਸ਼ਤਗਰਦੀ ਸਣੇ ਕਈ ਮੁੱਦਿਆਂ 'ਤੇ ਅਸਰ ਦਾ ਦਾਅਵਾ ਕੀਤਾ ਗਿਆ। ਇਸ ਸਭ ਦੇ ਚਾਲੇ ਨਕਸਲੀ ਆ ਜਿਹੜੀ ਮੂਵਮੈਂਟ ਉਸ 'ਤੇ ਸ਼ਿਕੰਜਾ ਕੱਸਿਆ ਜਾਵੇਗਾ, ਪੱਥਰਬਾਜ਼ਾਂ 'ਚ ਸ਼ਿਕੰਜਾ ਕੱਸਿਆ ਜਾਵੇਗਾ, ਬਹੁਤ ਕੁਛ ਕਿਹਾ ਗਿਆ, ਭ੍ਰਿਸ਼ਟਾਚਾਰ 'ਤੇ ਸ਼ਿਕੰਜਾ ਕੱਸਿਆ ਜਾਵੇਗਾ। ਨੋਟਬੰਦੀ ਨਾਲ ਆਮ ਆਦਮੀ, ਨੌਕਰੀ ਪੇਸ਼ਾ ਸਣੇ ਲੱਖਾਂ ਕਾਰੋਬਾਰੀ ਜ਼ਿੰਦਗੀ ਨੇ ਪਲਟੀ ਮਾਰ ਦਿੱਤੀ। ਏਟੀਐਮ ਸਣੇ ਬੈਂਕਾਂ ਅੱਗੇ ਲੰਮੀਆਂ ਕਤਾਰਾਂ ਲੱਗ ਗਈਆਂ, 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਵੱਡੀ ਤਾਦਾਦ ਵਿੱਚ ਵਿਆਹ, ਮੌਤ ਦੀਆਂ ਰਸਮਾਂ ਵੀ ਰੁਕੀਆਂ, 2 ਡੰਗ ਰੋਟੀ ਦੀ ਵੀ ਮੁਥਾਜੀ ਸਾਹਮਣੇ ਆ ਕਿ ਲਾਲੇ ਪੈ ਗਏ ਰੋਟੀ ਦੇ ਵੀ। ਨੋਟਬੰਦੀ ਦੇ ਫੈਸਲੇ ਨੂੰ ਮੋਦੀ ਦੇ ਸਿਆਸੀ ਵਿਰੋਧੀਆਂ ਨੇ ਘੁਟਾਲਾ ਕਰਾਰ ਦੇ ਦਿੱਤਾ। ਆਰਬੀਆਈ ਦੇ ਅੰਕੜੇ ਨੇ ਨੋਟਬੰਦੀ ਅਤੇ ਸਰਕਾਰੀ ਨੀਤੀਆਂ 'ਤੇ ਹਾਮੀ ਨਹੀਂ ਭਰੀ। ਟੈਕਸ ਕਲੈਕਸ਼ਨ ਅਤੇ ਡਿਜੀਟਲ ਟ੍ਰਾਂਜੈਕਸ਼ਨ ਵਿੱਚ ਵਾਧਾ ਦਾ ਸਰਕਾਰ ਨੇ ਆਪਣੀ ਪਿੱਠ ਥਾਪੜੀ, ਪ੍ਰਚਾਰ ਵੀ ਕੀਤਾ ਗਿਆ ਕਿ ਅਸੀਂ ਇਹ ਫੈਸਲਾ ਲਿਆ ਅਤੇ ਪਹਿਲੀ ਵਾਰੀ ਹੈ ਕਿ ਕਿਸੇ ਪ੍ਰਧਾਨ ਦੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਹੋ ਜਿਹਾ ਫੈਸਲਾ ਲਿੱਤਾ ਦ੍ਰਿੜਤਾ ਵਾਲਾ। ਸਰਕਾਰ ਨੇ ਅਮੀਰਾਂ ਦਾ ਖਜ਼ਾਨਾ ਖਾਲੀ ਕਰਨ ਅਤੇ ਭ੍ਰਿਸ਼ਟਾਚਾਰ ਅਤੇ ਨਕੇਲ ਕੱਸਣ ਨੂੰ ਖੂਬ ਪ੍ਰਚਾਰਿਆ ਅਤੇ ਇਸ ਦਾ ਅਸਰ ਚੋਣਾਂ ਵਿੱਚ ਵੀ ਦੇਖਣ ਨੂੰ ਮਿਲਿਆ। ਹਾਲਾਂਕਿ ਚੋਣਾਂ ਇੱਕ ਮੁੱਦੇ 'ਤੇ ਨਹੀਂ ਹੁੰਦੀਆਂ, ਪਰ ਚੋਣਾਂ 'ਤੇ ਅਸਰ ਤਾਂ ਜ਼ਰੂਰ ਹੋਇਆ ਅਤੇ ਭਾਰਤ 'ਤੇ ਕੀ ਅਸਰ ਹੋਇਆ, ਸਵਾਲ ਇੱਕੋ ਹੀ ਪੁੱਛਾਂਗੇ। ਸਵਾਲ ਇਹ ਪੁੱਛਾਂਗੇ, ਨੋਟਬੰਦੀ ਦੇ 2 ਸਾਲ ਪੂਰੇ ਹੋਣ ਦਾ ਜਸ਼ਨ ਕਿਉਂ ਨਹੀਂ ਮਨਾਉਂਦੀ ਕੇਂਦਰ ਸਰਕਾਰ? ਇਸ ਸਵਾਲ 'ਤੇ ਅਸੀਂ ਚਰਚਾ ਕਰ ਰਹੇ ਹਾਂ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰਫ ਕਰਾ ਰਿਹਾ। ਡਾਕਟਰ ਹਿਮਾਂਸ਼ੂ ਰਾਮਪਾਲ, ਇਕਨੋਮਿਸਟ ਨੇ, ਅਰਥਚਾਰੇ ਬਾਰੇ ਚੰਗੀ ਤਰ੍ਹਾਂ ਸਮਝਦੇ ਅਰਥਸ਼ਾਸਤਰੀ ਨੇ। ਹਿਮਾਂਸ਼ੂ ਰਾਮਪਾਲ ਜੀ, ਤੁਹਾਡਾ ਬਹੁਤ ਸਵਾਗਤ ਹੈ। ਅਰਵਿੰਦ ਮਿੱਤਲ, ਭਾਰਤੀ ਜਨਤਾ ਪਾਰਟੀ ਤੋਂ ਨੇ, ਮਿੱਤਲ ਸਾਹਿਬ ਲਈ ਡਿਬੇਟ ਤੁਹਾਡੀ ਔਖੀ ਹੋ ਸਕਦੀ ਹੈ। ਮਿੱਤਲ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਅਤੇ ਰਣਜੀਤਾ ਮਹਿਤਾ ਕਾਂਗਰਸ ਤੋਂ ਨੇ, ਇਹ ਰਣਜੀਤਾ ਮਹਿਤਾ ਦੀ ਪਾਰਟੀ ਇਲਜ਼ਾਮ ਲਾਉਂਦੀ ਹੈ ਭਾਰਤੀ ਜਨਤਾ ਪਾਰਟੀ ਦੀ ਕਿ ਇਹਨਾਂ ਨੇ ਘੁਟਾਲਾ ਕਰ ਦਿੱਤਾ ਹੈਗਾ, ਔਰਗਨਾਈਜ਼ਡ ਇਹਨੂੰ ਸਕੈਮ ਦੱਸਦੇ ਹੈਗੇ ਹਨ। ਰਣਜੀਤਾ ਮਹਿਤਾ, ਤੁਹਾਡਾ ਬਹੁਤ ਸਵਾਗਤ ਹੈ। ਰਮੇਸ਼ ਚਾਵਲਾ, ਸਨਅਤਕਾਰ ਨੇ, ਇੰਡਸਟਰੀਸਟ ਨੇ, ਅਤੇ ਰਮੇਸ਼ ਚਾਵਲਾ ਹਰ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਨਅਤ ਨੂੰ ਕੀ ਦਿੱਕਤਾਂ ਆਈਆਂ, ਕਿਉਂਕਿ ਸਨਅਤ ਦੇ ਨਾਲ ਛੋਟੇ ਮੋਟੇ ਵੱਡੇ ਛੋਟੇ ਕਾਰੋਬਾਰੀ ਸਭ ਜੁੜੇ ਹੋਏ ਆ। ਰਮੇਸ਼ ਚਾਵਲਾ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਅਰਵਿੰਦ ਮਿੱਤਲ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਅਰਵਿੰਦ ਮਿੱਤਲ ਸਾਹਿਬ, ਸਰਜੀਕਲ ਸਟ੍ਰਾਈਕ ਦੇ 2 ਸਾਲ ਪੂਰੇ ਹੋਏ, ਤੁਸੀਂ ਜਸ਼ਨ ਮਨਾਇਆ, ਨੋਟਬੰਦੀ ਦੇ 2 ਸਾਲ ਪੂਰੇ ਹੋਣ 'ਤੇ ਜਸ਼ਨ ਕਿਵੇਂ ਮਨਾਉਂਦੇ? ਦੇਖੋ, ਨੋਟਬੰਦੀ ਜਿਹੜਾ ਹੈਗਾ ਉਹਦੇ 'ਚ ਕਈ ਚੀਜ਼ਾਂ ਸੀਗੀਆਂ ਕਿ ਫੇਕ ਕਰੰਸੀ ਚੱਲਦੀ ਸੀ ਔਰ ਫੇਕ ਕਰੰਸੀ ਦੇ ਸਿਰ ਦੇ ਉੱਤੇ ਬਾਹਰਲੀਆਂ ਜੋ ਤਾਕਤਾਂ ਹੈ ਉਹ ਹਿੰਦੁਸਤਾਨ ਦੇ ਵਿੱਚ ਆਤੰਕਵਾਦ ਵੀ ਫੈਲਾਉਂਦੀਆਂ ਸੀ ਔਰ ਹਿੰਦੁਸਤਾਨ ਦੇ ਵਿੱਚ ਇੱਕ ਇਕਨੋਮੀ ਪੈਰਲਲ ਚੱਲੀ ਹੋਈ ਸੀ, ਬਲੈਕ ਮਨੀ ਦੀ ਇੱਕ ਇਕਨੋਮੀ ਪੈਰਲਲ ਚੱਲੀ ਹੋਈ ਸੀ। ਇਹਨਾਂ ਚੀਜ਼ਾਂ ਦਾ ਕੋਰਸ ਕਰੈਕਸ਼ਨ ਹਿੰਦੁਸਤਾਨ ਦੇ ਵਿੱਚ ਕਰਨ ਦਾ ਜਿਹੜਾ ਇੱਕ ਕੰਮ ਸੀ ਉਸ ਦੇ ਬਾਰੇ 'ਚ ਬੜੇ ਲੰਬੇ ਸਮੇਂ ਤੋਂ ਗੱਲਾਂ ਚੱਲਦੀਆਂ ਆ ਰਹੀਆਂ ਸੀਗੀਆਂ। ਡਾਕਟਰ ਮਨਮੋਹਨ ਸਿੰਘ ਬੜੇ ਅੱਛੇ ਇਕਨੋਮਿਸਟ ਵੀ ਹੈ, 10 ਸਾਲ ਪ੍ਰਧਾਨ ਮੰਤਰੀ ਵੀ ਰਹੇ ਹਿੰਦੁਸਤਾਨ ਦੇ, ਫਾਈਨਾਂਸ ਮਿਨਿਸਟਰ ਵੀ ਰਹੇ, ਉਹਨਾਂ ਨੇ ਵੀ ਕਈ ਵਾਰ ਇਹਨਾਂ ਦੇ ਬਾਰੇ 'ਚ ਜ਼ਿਕਰ ਕੀਤਾ ਔਰ ਇਹ ਵੀ ਗੱਲ ਚੱਲਦੀ ਰਹੀ ਕਿ ਕਿਸੇ ਤਰੀਕੇ ਦੇ ਨਾਲ ਬਲੈਕ ਮਨੀ ਦੇ ਉੱਤੇ ਕੰਟਰੋਲ ਕੀਤਾ ਜਾਵੇ, ਲੇਕਿਨ ਉਸ ਦੇ ਉੱਤੇ ਕੋਈ ਕਾਮਯਾਬੀ ਜਾਂ ਕੋਈ ਵੱਡਾ ਫੈਸਲਾ ਨਹੀਂ ਲੈ ਸਕੇ। ਇਹ ਫੈਸਲਾ ਠੀਕ ਹੈ, ਨੋਟਬੰਦੀ ਜਦੋਂ ਵੀ ਕਿਸੇ ਵੀ ਦੁਨੀਆ ਦੇ ਦੇਸ਼ ਦੇ ਵਿੱਚ ਹੋਈ ਹੈ ਉਸਦਾ ਇਕਨੋਮੀ ਦੇ ਉੱਤੇ ਅਸਰ ਜ਼ਰੂਰ ਪਿਆ। ਇਹ ਕੋਈ ਨਵਾਂ ਫਾਰਮੂਲਾ ਨਹੀਂ ਹੈ ਕਿ ਸਿਰਫ ਹਿੰਦੁਸਤਾਨ 'ਤੇ ਪਿਆ, ਦੁਨੀਆ 'ਚ ਜਿੱਥੇ ਵੀ ਹੋਇਆ ਉੱਥੇ ਇਹਦਾ ਅਸਰ ਜ਼ਰੂਰ ਪਿਆ। ਨਹੀਂ, ਮੈਂ ਨਕਾਮੀ ਨਹੀਂ ਕਹਿੰਦਾ, ਫਿਰ ਜਸ਼ਨ ਕਿਉਂ ਨਹੀਂ ਮਨਾਉਂਦੇ? ਮੈਂ ਸਵਾਲ ਸਿੰਪਲ ਕਰ ਰਿਹਾ, ਤੁਸੀਂ ਸਿੰਪਲ ਸਵਾਲ ਦਾ ਸਿੰਪਲ ਜਵਾਬ ਦਿਓ। ਹਾਂ ਜਾਂ ਨਾ 'ਚ ਜਵਾਬ ਨਹੀਂ ਹੋ ਸਕਦਾ ਕਿਉਂਕਿ ਇਹ ਜਸ਼ਨ, ਚਲੋ ਮੈਨੂੰ 2 ਮਿੰਟ ਲੈ ਲਓ, 5 ਮਿੰਟ ਲੈ ਲਓ, ਪੂਰਾ ਸੈਗਮੈਂਟ ਤੁਹਾਨੂੰ ਦੇ ਰਿਹਾ, ਮੇਰੀ ਜਸ਼ਨ ਕਿਉਂ ਨਹੀਂ ਮਨਾਉਂਦੇ? ਮੈਨੂੰ ਸਵਾਲ ਜਵਾਬ ਦਿਓ। ਮੈਂ ਤੁਹਾਨੂੰ ਗੱਲ ਸਾਰੀ ਦੱਸ ਰਿਹਾ, ਸਵਾਲ ਜਸ਼ਨ ਮਨਾਉਣ ਦਾ ਜਾਂ ਨਾ ਮਨਾਉਣ ਦਾ ਨਹੀਂ ਹੈ, ਸਵਾਲ ਇਹ ਹੈ ਕਿ ਅਸੀਂ ਚੀਜ਼ਾਂ ਨੂੰ ਕਰੈਕਸ਼ਨ ਦੇ ਵੱਲ ਲੈ ਕੇ ਜਾਣਾ ਤਾਂ ਉਹ ਇੱਕ ਪ੍ਰੋਸੈਸ ਹੈ।
ਇੱਕ ਪ੍ਰੋਸੈਸ ਦੇ ਵਿੱਚ ਚੀਜ਼ਾਂ ਚੱਲਦੀਆਂ ਹੈ। ਸਵਾਲ ਸੌਖਾ ਕਰ ਦਵਾਂ, ਮੈਂ ਸਵਾਲ ਸੌਖਾ ਕਰ ਦਵਾਂ, ਚਲੋ ਕਿੰਨੇ ਸਾਲ ਬਾਅਦ ਅਸੀਂ ਨੋਟਬੰਦੀ ਦਾ ਜਸ਼ਨ ਮਨਾ ਸਕਦੇ? ਨਹੀਂ ਸਵਾਲ ਜਸ਼ਨ, ਫਿਰ ਤੁਸੀਂ ਜਸ਼ਨ ਤੇ ਆ ਗਏ, ਮੁੱਦਾ ਜਸ਼ਨ ਦਾ ਨਹੀਂ ਹੈ। ਸਰਜੀਕਲ ਸਟ੍ਰਾਈਕ ਦੇ ਨਾਲ ਤੁਸੀਂ ਇਹਨੂੰ ਨਹੀਂ ਕੰਪੇਅਰ ਕਰ ਸਕਦੇ। ਸਰਜੀਕਲ ਸਟ੍ਰਾਈਕ ਇਜ਼ ਏ ਐਪੀਸੋਡ। ਤੁਸੀਂ ਪ੍ਰਚਾਰ ਕੀਤਾ, ਪਹਿਲੇ ਇੱਕ ਮਿੰਟ ਸਮਝ ਲਓ, ਤੁਸੀਂ ਪ੍ਰਚਾਰ ਕੀਤਾ, ਅਸੀਂ ਬਲੈਕ ਮਨੀ ਤੇ ਸਟ੍ਰਾਈਕ ਕੀਤਾ, ਮੈਂ ਤਾਂ ਨਹੀਂ ਪ੍ਰਚਾਰ ਕੀਤਾ ਮਿੱਤਲ ਸਾਹਿਬ, ਤੁਸੀਂ ਪ੍ਰਚਾਰ ਕੀਤਾ, ਤੁਹਾਡੇ ਪ੍ਰਚਾਰ ਦਾ ਸਵਾਲ ਤੁਹਾਡੇ ਅੱਗੇ ਰੱਖਿਆ ਮੈਂ। ਕੇਪੀ ਜੀ, ਮੈਂ ਤੁਹਾਨੂੰ ਉਹੀ ਦੱਸ ਰਿਹਾ, ਸਰਜੀਕਲ ਸਟ੍ਰਾਈਕ ਇੱਕ ਕਾਰਵਾਈ ਹੋਈ ਜਿਹੜੀ ਕਿ ਇੱਕ ਲਿਮਿਟਡ ਪੀਰੀਅਡ ਦੀ ਕਾਰਵਾਈ ਸੀ, ਉਹ ਕਾਰਵਾਈ ਕਾਮਯਾਬੀ ਦੇ ਨਾਲ ਹੋਈ, ਇਸ ਕਰਕੇ ਦੇਸ਼ ਉਸ ਦੇ ਵਕਤ ਖੁਸ਼ੀ ਮਨਾਉਂਦਾ। ਪਹਿਲੇ ਜਿਹੜਾ ਜਿਹੜਾ ਨਹੀਂ ਮਨਾਈ, ਸੁਣ ਲਓ, ਦੂਜੇ ਸਾਲ ਮਨਾਉਂਦਾ, ਦੇਸ਼ ਮਨਾਉਂਦਾ, ਸਰਕਾਰ ਮਨਾਵੇ ਨਾ ਮਨਾਵੇ, ਦੇਸ਼ ਇਸ ਗੱਲ ਦੇ ਵਿੱਚ, ਦੇਸ਼ ਇਸ ਗੱਲ ਦੇ ਵਿੱਚ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦਾ ਕਿ ਸਾਡੀ ਆਰਮੀ ਇਹਦੇ ਵਿੱਚ ਪ੍ਰਾਊਡ ਨਹੀਂ ਹੈਗਾ ਨਾ ਆਪਾਂ ਨੂੰ। ਪਹਿਲੇ ਇੱਕ ਮਿੰਟ ਸੁਣ ਲਓ, ਨੋਟਬੰਦੀ ਦਾ ਇੱਕ ਪ੍ਰੋਸੈਸ ਹੈ, ਲੈਂਥੀ ਪ੍ਰੋਸੈਸ ਹੈ, ਉਸਦੇ ਵਿੱਚ ਕਈ ਸਟੈਪਸ ਨੇ, ਉਸ ਸਟੈਪਸ ਦੇ ਨਾਲ ਚੀਜ਼ਾਂ ਚੱਲਦੀਆਂ, ਕੁਝ ਚੀਜ਼ਾਂ ਸਾਨੂੰ ਇੱਕਦਮ ਨਜ਼ਰ ਆਉਂਦੀਆਂ, ਕੁਝ ਚੀਜ਼ਾਂ ਤੁਹਾਨੂੰ ਸਲੋ ਨਜ਼ਰ ਆਉਂਦੀਆਂ। ਵਾਪਸ ਜਿਹੜੀਆਂ ਵਾਪਸ ਆਉਂਦਾ, ਤੁਸੀਂ ਬਿਲਕੁਲ ਸਹੀ ਕਿਹਾ ਕਿ ਲੰਬਾ ਪ੍ਰੋਸੈਸ ਹੈ, ਇਸ ਲਈ ਆਰ ਬੀ ਆਈ ਨੂੰ ਬੜਾ ਟਾਈਮ ਲੱਗ ਗਿਆ ਨੋਟਾਂ ਦੀ ਗਿਣਤੀ ਕਰਨ ਲੱਗਾ। ਜੀ ਤਾਂ ਮੈਂ ਤਾਂ, ਤੁਸੀਂ ਬੜੀ ਜਲਦੀ ਗਿਣਤੀ ਕਰ ਲਈ, ਇੱਕ ਮਿੰਟ ਚੁੱਕਾ ਤਾਂ ਘੁਟਾਲਾ। ਮੈਂ ਬਹੁਤ ਹੱਸੀ ਵੀ ਆਉਂਦੀ ਹੈ ਤੇ ਬਹੁਤ ਵਿਚਾਰ ਕਰਨ ਵਾਲੀ ਬਾਤ ਗੱਲ ਹੈਗੀ ਹੈ ਕਿ ਜਿਹੜੀ ਨੋਟਬੰਦੀ ਹੋਈ, ਪੂਰੇ ਦੇਸ਼ ਦੇ ਵਿੱਚ ਇੱਕ ਮੈਸੇਜ ਦੇਣਾ ਚਾਹ ਰਹੇ ਸੀਗੇ ਕਿ ਵੀ ਇੰਨਾ ਕਾਲਾ ਧਨ ਹੈ, ਇੰਨਾ ਕਾਲਾ ਧਨ ਹੈ ਜੋ ਮੋਦੀ ਜੀ ਦੀ ਚੁਟਕੀ ਵਜਾਉਣ ਨਾਲ, ਨੋਟਬੰਦੀ ਕਰਨ ਨਾਲ ਵਾਪਸ ਆ ਰਿਹਾ ਹੈ। ਦੁਰਭਾਗਿਆ ਦੇਖੋ ਕਿ 15,41,000 ਕਰੋੜ ਦੀ ਕਰੰਸੀ, ਜਿਹੜੀ ਕਿ ਉਸ ਸਮੇਂ ਅਨੁਮਾਨ ਲਗਾਇਆ ਜਾ ਰਿਹਾ ਸੀਗਾ ਕਿ 500 ਤੇ 1,000 ਦੇ ਨੋਟ ਹੈਗੇ ਨੇ, ਜਿਹਦੇ ਕਰਕੇ ਇਹ ਕਹਿੰਦੇ ਸੀਗੇ ਕਿ ਬਲੈਕ ਮਨੀ ਹੈਗੀ ਹੈ, ਇਹਦੇ ਨਾਲ ਭ੍ਰਿਸ਼ਟਾਚਾਰ ਵੱਧ ਰਿਹਾ, ਇਹਦੇ ਨਾਲ ਆਤੰਕਵਾਦ ਵੱਧ ਰਿਹਾ। ਟੋਟਲ 15,31,000 ਤਾਂ ਵਾਪਸ ਹੀ ਆ ਗਿਆ ਜਨਾਬ, ਸਿਰਫ 10,000 ਕਰੋੜ ਜਿਹੜੀ ਵਾਪਸੀ ਨਹੀਂ ਹੋਈ, ਉਹਦੇ ਵਿੱਚ ਵੀ ਉਹ ਬਹੁਤ ਮਾਮੂਲੀ ਜਿਹੀ ਰਕਮ ਹੈ, ਇਟ ਇਜ਼ 99.3% ਜਿਹੜਾ ਕਿ ਪੈਸਾ ਵਾਪਸ ਆ ਗਿਆ। ਉਹ ਜਿਹੜਾ ਪੈਸਾ ਵਾਪਸ ਨਹੀਂ ਆਇਆ, ਉਹਦੇ ਵਿੱਚ ਅਗਰ ਆਪਾਂ ਭੂਟਾਨ ਔਰ ਨੇਪਾਲ ਜਿਹੜੇ ਸਾਡੇ ਪੜੋਸੀ ਮੁਲਕ ਨੇ ਜਿੱਥੇ ਇੰਡੀਅਨ ਕਰੰਸੀ ਯੂਜ਼ ਹੁੰਦੀ ਹੈ, ਦੂਜੇ ਤਰੀਕੇ ਸਮਝ ਲਾ, ਮੈਨੂੰ ਬਲੈਕ ਮਨੀ ਵਾਈਟ ਤਾਂ ਨਹੀਂ ਹੋਗੀ, ਕਿੱਥੋਂ ਵਾਈਟ ਹੋ ਗਈ? ਮੈਂ ਤੁਹਾਨੂੰ ਇਹ ਤਾਂ ਦੱਸ ਰਹੀ ਹਾਂ ਕਿ ਟੋਟਲ ਬਲੈਕ ਮਨੀ ਸੀਗੀ ਨਹੀਂ, ਇਹਨਾਂ ਨੇ ਰੋਲਾ ਪਾਇਆ ਵੈਸੇ ਇੰਨਾ ਜ਼ਿਆਦਾ ਕਿ ਬੈਂਕਾਂ ਦੇ ਵਿੱਚ ਕਾਲਾ ਧਨ ਹੈ ਹੀ ਨਹੀਂ, ਕਾਲਾ ਧਨ ਸੀਗਾ ਇੰਨਾ ਨਹੀਂ ਸੀਗਾ 3,000 ਕਰੋੜ ਫੜਨ ਵਾਸਤੇ 12,500 ਕਰੋੜ ਦੀ ਕਰੰਸੀ ਛਾਪੀ ਜਾਵੇ, ਇੰਨਾ ਕਾਲਾ ਧਨ ਨਹੀਂ ਸੀਗਾ। ਅੱਜ ਮੋਦੀ ਜੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਉਹਨਾਂ ਬਜ਼ੁਰਗਾਂ ਤੋਂ ਜਿਨ੍ਹਾਂ ਦੀ ਲਾਈਨਾਂ 'ਚ ਖੜੇ ਹੋ ਕੇ ਮੌਤ ਹੋਈ, ਅੱਜ ਮੋਦੀ ਜੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਉਹਨਾਂ ਗ੍ਰਹਿਣੀਆਂ ਤੋਂ ਜਿਨ੍ਹਾਂ ਨੇ ਵਿਚਾਰੇ ਨੇ 100-100, 200-500 ਰੁਪਏ ਇਕੱਠੇ ਕਰਕੇ ਆਪਣੇ ਬੱਚਿਆਂ ਵਾਸਤੇ ਪੈਸੇ ਜੋੜੇ ਹੋਏ ਸੀ, ਉਹ ਸਾਰਾ ਕੁਛ ਇਹਨਾਂ ਨੇ ਬਾਹਰ ਕਢਾਇਆ, ਇੱਕ ਇੱਕ ਗ੍ਰਹਿਣੀ ਨੂੰ ਚੋਰ ਸਾਬਿਤ ਕੀਤਾ, ਇੱਕ ਇੱਕ ਜਿਹੜੀ ਫੈਮਿਲੀ ਦਾ ਮੈਂਬਰ ਸੀਗਾ ਉਹਨਾਂ ਨੂੰ ਲਾਈਨਾਂ 'ਚ ਖੜਾ ਕਰਵਾਇਆ, ਲੋਕਾਂ ਦੀ ਮੌਤ ਹੋਈ, ਉਹਦੇ ਉੱਪਰ ਜਸ਼ਨ ਮਨਾਉਣਗੇ? ਇਹਨਾਂ ਨੂੰ ਅੱਜ ਮੰਨਣੀ ਚਾਹੀਦੀ ਹੈ ਕਿ ਮੋਦੀ ਜੀ ਇਸ ਗੱਲ ਤੋਂ ਮਾਫ਼ੀ ਮੰਗਣ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ, ਜੋ ਮੈਂ ਅਨੁਮਾਨ ਲਗਾ ਰਿਹਾ ਸੀਗਾ ਉਹ ਮੇਰੇ ਟੋਟਲੀ ਅਨੁਮਾਨ ਗਲਤ ਸੀਗੇ, ਔਰ ਬਿਨਾਂ ਕਿਸੇ ਤੋਂ ਕੰਸਲਟ ਕੀਤੇ, ਬਿਨਾਂ ਕਿਸੇ ਮੀਟਿੰਗ ਤੋਂ ਅਪਰੂਵ ਕਰਾਏ ਖੜੇ ਹੋ ਕੇ ਪ੍ਰਧਾਨ ਮੰਤਰੀ ਜੀ ਰਾਤ ਨੂੰ ਅਨਾਊਂਸ ਕਰ ਰਹੇ ਨੇ। ਹਾਲਾਂਕਿ ਗਵਰਨਰ ਬੋਡੀ RBI ਵੱਲੋਂ ਇਹ ਅਨਾਊਂਸ ਹੁੰਦੇ, ਕਦੀ ਪ੍ਰਧਾਨ ਮੰਤਰੀ ਅਨਾਊਂਸ ਨਹੀਂ ਕਰਦਾ, ਪਰ ਪ੍ਰਧਾਨ ਮੰਤਰੀ ਜੀ ਨੂੰ ਪਤਾ ਕਿ ਸ਼ਰਾਇ ਲੈਣਾ ਤਾਂ ਆਪਾਂ ਹੁੰਦੇ, ਪਰ ਜਦੋਂ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਤੁਸੀਂ ਚੁੱਪ ਕਿਉਂ, ਤਾਂ ਆਪਾਂ ਮਨ ਦੀ ਬਾਤ ਕਦੇ ਵੀ ਕਰਦੇ ਨਹੀਂ ਹੈਗੇ। ਪ੍ਰਧਾਨ ਮੰਤਰੀ ਮੋਦੀ ਜੀ ਦੀ ਟੋਟਲੀ ਤਾਂ ਵਿਫਲ ਰਹੇ ਨੇ। ਵਾਪਸ ਆਉਂਗਾ ਰਜੀਤਾ ਮੈਂ ਤੁਹਾਡੇ ਕੋਲ, ਸਮਾਂਸ਼ੂ ਜੀ, ਮੋਦੀ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਬਹੁਤ ਦ੍ਰਿੜਤਾ ਵਾਲਾ ਫੈਸਲਾ ਸੀ, ਇਹ ਕੋਈ ਹਰ ਕੋਈ ਪ੍ਰਧਾਨ ਮੰਤਰੀ ਨਹੀਂ ਲੈ ਸਕਦਾ ਫੈਸਲਾ, ਇੰਨੇ ਲੰਬੇ ਸਾਲਾਂ ਤੋਂ ਬਾਅਦ ਇਹੋ ਜਿਹਾ ਫੈਸਲਾ ਹੋਇਆ, ਕਿ ਸਿਰਫ ਇੱਥੇ ਹੀ ਰੁਕ ਜਾਵੇ ਕਿ 2 ਸਾਲ ਬਾਅਦ ਸਾਡੇ ਹੱਥ ਪੱਲੇ ਕੁਝ ਨਹੀਂ ਪਿਆ, ਇਸ ਲਈ ਨਿੰਦਾ ਕਰ ਦਿਓ, ਜਾਂ ਇਸ ਤੋਂ ਅੱਗੇ ਕੁਝ ਦਿਖਦਾ ਪਿਆ? ਸਰ ਮੈਨੂੰ ਤਾਂ ਕੁਛ ਨਜ਼ਰ ਨਹੀਂ ਆ ਰਿਹਾ। ਸਰ ਤੁਸੀਂ ਅਗਰ ਦੇਖਿਆ ਜਾਵੇ ਕਿ ਜਿਹੜਾ ਇਹ ਨੋਟਬੰਦੀ ਜਿਹੜਾ ਹੈਗਾ, ਜਿਸ ਤਰ੍ਹਾਂ ਮੈਂ ਇਹਨਾਂ ਦੀ ਗੱਲਾਂ ਪੂਰਾ ਐਗਰੀ ਕਰਦਾ ਹੈਗਾ ਕਿ ਜਿਹੜਾ ਹੈਗਾ ਨੋਟਬੰਦੀ ਹੈਗਾ ਸ਼ਾਰਟ ਟਰਮ ਫਿਨੋਮੀਨਾ ਹੈਗਾ, ਇਹ ਬੜੇ ਛੋਟੇ ਸਮੇਂ ਵਾਸਤੇ ਸੀਗਾ। ਤੁਸੀਂ ਇਹਦਾ ਇੰਪੈਕਟ ਵੀ ਦੇਖੋ ਨਾ ਕਿ ਜਿਹੜੀ GDP ਡਾਊਨ ਆਈ 2.2% ਆਈ, ਔਰ ਮੈਂ ਤੁਹਾਨੂੰ ਪੂਰਾ ਡਾਟਾ ਦੇ ਦਿੰਦਾ ਹੈਗਾ, ਸ਼ਾਇਦ ਇਹਨਾਂ ਨੇ ਡਾਟਾ ਨੂੰ ਦਿੱਤਾ ਹੈਗਾ। ਤੁਸੀਂ ਦੇਖੋ ਕਿ ਇਨਫੋਰਮਲ ਸੈਕਟਰ ਦੇ ਵਿੱਚ ਉਸ ਟਾਈਮ ਦੇ ਵਿੱਚ ਨੋਟਬੰਦੀ ਦੇ ਦੌਰਾਨ 15 ਲੱਖ ਲੋਕ ਅਨਇੰਪਲੋਇਡ ਹੋਏ, ਠੀਕ ਹੈ, 15 ਲੱਖ ਲੋਕ ਅਨਇੰਪਲੋਇਡ ਹੋਏ ਇਨਫੋਰਮਲ ਸੈਕਟਰ ਦੇ ਵਿੱਚ ਸਰ, ਅੱਛਾ 150+ ਲੋਕਾਂ ਦੀ ਜਾਨਾਂ ਗਈਆਂ ਸਰ, ਠੀਕ ਹੈ ਨਾ ਸਰ। ਅੱਛਾ ਫਿਰ ਜੇ ਕਰੰਸੀ ਦੀ ਗੱਲ ਕਰਦੇ ਹੈਗੇ ਹੈ, ਫੇਕ ਕਰੰਸੀ ਦੀ ਗੱਲ ਕਰਦੇ, ਉਦੋਂ ਅਸੀਂ ਗੱਲ ਕਰਦੇ ਸੀ 35% ਜਿਹੜੀ ਪੈਰਲਲ ਇਕੋਨਮੀ ਜਿਹਨੂੰ ਕਹਿੰਦੇ ਸੀਗੇ ਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿਹਾ ਕਿ ਇਹ ਬਲੈਕ ਹੈਗੀ ਹੈ, ਪਰ ਉਹ ਇੱਕ ਚੀਜ਼ ਨੂੰ ਭੁੱਲ ਗਏ ਸੀ, ਕਿਉਂਕਿ ਮੈਂ ਵਾਕਈ ਇਹ ਗੱਲ ਕਹਾਂਗਾ, ਮੈਂ ਉਹਨਾਂ ਨਾਲ ਵੀ ਐਗਰੀ ਕਰਦਾ, ਕਾਂਗਰਸ ਵਾਲਿਆਂ ਨਾਲ ਵੀ ਐਗਰੀ ਕਰਦਾ ਹੈਗਾ ਕਿ ਉਹਨਾਂ ਨੇ ਹੋਮਵਰਕ ਨਹੀਂ ਕੀਤਾ ਹੋਇਆ ਸੀ ਸਰ। ਜੇ ਅਗਰ ਉਹ ਹੋਮਵਰਕ ਕੀਤਾ ਹੁੰਦਾ ਜਾਂ ਕਿਤੇ ਕੋਈ ਟੀਮ ਨੇ ਹੋਮਵਰਕ ਨਹੀਂ ਕੀਤਾ, ਸਰਕਾਰ ਨੇ ਹੋਮਵਰਕ, ਬਿਲਕੁਲ ਸਰ, ਸਰਕਾਰ ਨੇ ਹੋਮਵਰਕ ਨਹੀਂ ਕੀਤਾ, ਤਾਂ ਹੀ ਇਹ ਟੋਟਲੀ ਫੇਲਿਅਰ ਹੋਇਆ ਸਰ। ਤੁਸੀਂ 50 ਦਿਨ ਦੇਤੇ ਸਰ, 50 ਦਿਨਾਂ ਦੇ ਵਿੱਚ ਲੋਕਾਂ ਨੂੰ ਟਾਈਮ ਮਿਲ ਗਿਆ ਐਡਜਸਟ ਕਰਨ ਦਾ ਪੈਸਾ ਸਰ, ਸਰ ਇਹ ਸਭ ਤੋਂ ਵੱਡਾ ਫੇਲਿਅਰ ਹੈਗਾ ਸਰ। ਸਿਰਫ ਲੋਕਾਂ ਨੂੰ,
सर सारी सरकार नु भी लिया सर पैसा जिन्ने भी बंदे सर लोकी मतलब मैं कर रहा पूरे सिटीजन की गल कर रहा सर ਤੁਸੀਂ ਹੁਣ ਦੇਖੋ ਕਿ ਉਹ ਜਿਹੜਾ ਸ਼ਾਰਟ ਟਰਮ ਜਿਹੜਾ ਲਾਸ ਸੀਗਾ ਸਰ ਉਹ ਕਿੰਨਾ ਅੱਗੇ ਵਧ ਗਿਆ ਸਰ ਇਸ ਟਾਈਮ ਇਕਨੋਮੀ ਨੂੰ ਐਡਾ ਵੱਡਾ ਜਰਕ ਲੱਗਿਆ ਹੋਇਆ ਹੈਗਾ ਇਹ ਕਲੇਮ ਤਾਂ ਕਰ ਰਹੀ ਹੈ ਕਿ ਸਾਡੀ 8% ਜੀਡੀਪੀ ਹੈਗੀ ਪਰ ਸਰ ਇਹ ਸਭ ਚੀਜ਼ਾਂ ਉਸ ਤਰ੍ਹਾਂ ਹੀ ਹੈ ਅਗਰ ਉਹ 8% ਦੀ ਜਿਹੜੀ ਗੱਲ ਵੀ ਕਰਦੇ ਪਏ ਆ ਉਹ ਪਿਛਲੇ ਬੇਸ ਈਅਰ ਨੋਟਬੰਦੀ ਵਾਲੇ ਨੂੰ ਬੇਸ ਈਅਰ ਬਣਾ ਕੇ ਕਰਦੇ ਪਏ ਆ ਕਿਉਂਕਿ ਉੱਥੇ ਆਲਰੇਡੀ ਪਹਿਲਾਂ ਘੱਟ ਸੀਗੀ ਗਰੋਥ ਰੇਟ ਅਤੇ ਉਹਨੂੰ ਬੇਸ ਬਣਾ ਕੇ ਕਰੋਗੇ ਤਾਂ ਡੈਫੀਨੇਟਲੀ ਤੁਹਾਨੂੰ ਜ਼ਿਆਦਾ ਹੀ ਮਿਲੇਗੀ ਤੁਸੀਂ ਮੰਨਦੇ ਹੋ ਕਿ ਫੇਲਰ ਹੈ ਮੈਂ ਸਰ ਮੈਂ ਮੇਰੇ ਇਸ ਲਈ ਜਸ਼ਨ ਮਨਾ ਨਹੀਂ ਚਾਹੀਦੀ ਸਰਕਾਰ ਜਸ਼ਨ ਸਰ ਜਸ਼ਨ ਮਨਾਉਣੇ ਤੁਸੀਂ ਮੈਂ ਤੁਹਾਨੂੰ ਇੱਕ ਬੜਾ ਪ੍ਰੂਫ ਦਿੰਦਾ ਸਰ ਕਿ ਤੁਸੀਂ ਦੇਖੋ ਕਿ ਉਹ 50 ਦਿਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਨੇ ਜਿੰਨੇ ਵੀ ਭਾਸ਼ਣ ਦਿੱਤੇ ਆ ਉਹ ਜੀਐਸਟੀ ਦੀ ਵੀ ਕਿਤੇ 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 ਗੱਲ ਕਰਦੇ ਆ ਪਰ ਨੋਟਬੰਦੀ ਦੀ ਗੱਲ ਕੀਤੀ ਉਹਨਾਂ ਨੇ ਕਿਤੇ ਨਹੀਂ ਕਰਦੇ 15 ਅਗਸਤ ਕਰਾਂਗੇ ਪਰ ਆਪਾਂ ਕਰਾਂਗੇ ਇੱਕ ਛੋਟਾ ਬ੍ਰੇਕ ਲੈ ਲਈਏ ਹਾਂਜੀ ਬ੍ਰੇਕ ਤੋਂ ਵਾਪਸ ਆਵਾਂਗੇ ਨੋਟਬੰਦੀ ਦਾ ਜ਼ਿਕਰ ਆ ਜਿਹੜਾ ਉਹ ਸਰਕਾਰ ਕਿਤੇ ਭੁੱਲਦੀ ਤਾਂ ਨਹੀਂ ਜਾ ਰਹੀ ਜਸ਼ਨ ਮਨਾਉਣਾ ਭੁੱਲ ਕਿਉਂ ਗਏ ਕਿਉਂਕਿ ਨਾਕਾਮੀ ਸਾਹਮਣੇ ਆ ਗਈ ਹੈ ਸਵਾਲ ਇਸੇ ਕਰਕੇ ਪੁੱਛੇ ਜਾ ਰਹੇ ਆ ਕਿ ਇਹ ਸਿਰਫ ਇੱਥੇ ਮੈਂ ਜਿਹੜਾ ਸਵਾਲ ਇਸੇ ਇਸ ਸੈਗਮੈਂਟ ਦੇ ਵਿੱਚ ਪੁੱਛਿਆ ਉਹ ਅਗਲੇ ਸੈਗਮੈਂਟ ਵਿੱਚ ਪੁੱਛੂੰਗਾ ਜ਼ਰੂਰ ਕਿ ਨੋਟਬੰਦੀ ਦਾ ਜਿਹੜਾ ਫਿਊਚਰ ਹੈਗਾ ਉਹ ਫਿਊਚਰ ਦੇ ਵਿੱਚ ਕਿਤੇ ਜਸ਼ਨ ਮਨਾਉਣ ਦਾ ਮੌਕਾ ਤਾਂ ਨਹੀਂ ਮਿਲ ਸਕਦਾ ਫਿਰ ਤੋਂ ਵਾਪਸ ਆ ਕੇ ਸਵਾਲ ਪੁੱਛਾਂਗੇ ਜ਼ਰੂਰ ਨੋਟਬੰਦੀ ਦੇ 2 ਸਾਲ ਪੂਰੇ ਹੋਣ ਦਾ ਜਸ਼ਨ ਕਿਉਂ ਨਹੀਂ ਮਨਾਉਂਦੀ ਕੇਂਦਰ ਸਰਕਾਰ ਰਮੇਸ਼ ਚਾਵਲਾ ਜੀ ਤੁਸੀਂ ਜਸ਼ਨ ਮਨਾਉਂਦੇ ਹੋ ਨਹੀਂ ਕਿਉਂ ਤੁਹਾਡੇ ਲਈ ਤਾਂ ਫੈਸਲਾ ਕੀਤਾ ਸੀਗਾ ਇੰਡਸਟਰੀਜ਼ ਦਾ ਜਿਹੜਾ ਉਹ ਸਰ ਤੁਸੀਂ ਇੰਨੀ ਡਿਕਟੇਟਰਸ਼ਿਪ ਕਿ ਇੱਕ ਪ੍ਰਾਈਮ ਮਿਨਿਸਟਰ ਰਾਤ ਨੂੰ 8 ਵਜੇ ਆ ਕੇ ਕਹਿੰਦਾ ਜੀ ਸਵੇਰੇ ਨੋਟ ਬਣ ਜੀਏ 500 ਤੇ 1000 ਦੇ ਤੁਸੀਂ ਕੁਛ ਵੀ ਦੇਖੋ ਅਗਲਾ ਹਰ ਕਿਸੇ ਨੇ ਚਾਹੇ ਕੋਈ ਛੋਟਾ ਬੰਦਾ ਚਾਹੇ ਵੱਡਾ ਉਹਨੇ 500 ਜਾਂ 1000 ਦਾ ਘਰ ਨੋਟ ਰੱਖਿਆ ਹੁੰਦਾ ਛੋਟੇ ਨੋਟ ਉਹਦੇ ਕੋਲ ਹੈ ਹੀ ਨਹੀਂ ਸੀ ਸਵੇਰੇ ਉੱਠੇ ਜੀ ਰਾਤੋਂ ਰਾਤ ਪੈ ਗਿਆ ਸਵੇਰੇ ਕਿਸੇ ਨੂੰ ਦੁੱਧ ਨਹੀਂ ਮਿਲ ਰਿਹਾ ਕਿਸੇ ਨੂੰ ਕੁਛ ਨਹੀਂ ਮਿਲ ਰਿਹਾ ਸਾਡੇ ਵਰਕਰ ਫੈਕਟਰੀਆਂ ਦੇ ਵਿੱਚ ਨਹੀਂ ਆ ਰਹੇ ਹਾਥਾ ਪਾਈ ਪੈ ਗਈ ਵੇਜਸ ਦੇ ਦਿਨ ਸੀ ਅਸੀਂ ਨੋਟ ਲਿਆਂਦੇ ਵੱਡੇ ਨੋਟ ਲਿਆਂਦੇ ਸੀ ਚੈੱਕ ਦਿੱਤੇ ਚੈੱਕ ਨਾ ਲੈਣ ਲੜਕੇ ਜੀ ਉਹ ਕਹਿੰਦੇ ਜੀ ਸਾਨੂੰ ਤਾਂ ਰਾਸ਼ਨ ਵਾਲਾ ਰਾਸ਼ਨ ਨਹੀਂ ਦਿੰਦਾ ਕਿ 10 ਤਰੀਕ ਤੱਕ ਤੁਸੀਂ ਪੈਸੇ ਨਹੀਂ ਦਿੱਤੇ ਸਾਰਾ ਕਰਕੇ ਉਸ ਤੋਂ ਬਾਅਦ ਤਾਂ ਜੀ ਦੇਖੋ ਅੱਜ ਤੱਕ ਉਹਦਾ ਅਸੀਂ ਭੁਗਤ ਰਹੇ ਹਾਂ 3-4 ਮਹੀਨੇ ਕੋਈ ਕੰਮ ਨਹੀਂ ਚੱਲਿਆ ਸਾਰੇ ਵਰਕਰ ਆਪਣੇ ਲਾਈਨਾਂ 'ਚ ਬੈਂਕਾਂ 'ਚ ਲਾਈਨਾਂ 'ਚ ਲੱਗੇ ਰਹੇ ਤੁਸੀਂ ਕਾਂਗਰਸ ਦੇ ਨੇੜੇ ਤਾਂ ਨਹੀਂ ਕਿਤੇ ਨਹੀਂ ਜੀ ਨਹੀਂ ਮੈਂ ਕਾਂਗਰਸ ਦੇ ਨੇੜੇ ਨਹੀਂ ਆ ਪਰ ਵੈਸੇ ਗੱਲ ਕਰਦਾ ਹੈਗਾ ਕਿ ਤੁਸੀਂ ਕਿਤੇ ਵੀ ਪੁੱਛ ਲਓ ਉਸ ਟਾਈਮ ਸਾਰੇ ਇੰਡਸਟਰੀ ਦੀ ਗੱਲ ਕਹਿ ਰਹੇ ਹਾਂਜੀ ਸਾਰੇ ਜੇ ਮੈਂ ਇਹਨੂੰ ਵੰਡ ਕੇ ਦੇਖਾਂ ਵੀ ਛੋਟੇ ਕਾਰੋਬਾਰੀ ਆ ਉਹਨਾਂ ਨੂੰ ਨੁਕਸਾਨ ਹੋਇਆ ਵੱਡੇ ਕਾਰੋਬਾਰੀ ਜਿਹੜੇ ਭ੍ਰਿਸ਼ਟਾਚਾਰ ਕਰਦੇ ਸੀ ਉਹਨਾਂ ਤੇ ਨਕੇਲ ਕੱਸੀ ਗਈ ਕਿ ਨਹੀਂ ਸਰ ਕਿਸੇ ਤੇ ਕੋਈ ਨਕੇਲ ਨਹੀਂ ਕੱਸੀ ਗਈ ਇਹ ਪੋਲੀਟੀਕਲ ਪਾਰਟੀਆਂ ਦੇ ਆਪਣਾ ਪੈਸਾ ਸੀ ਸਭ ਨੇ ਆਪਣਾ ਜਮ੍ਹਾਂ ਕਰਾ ਲਿਆ ਚਾਹੇ ਉਹ ਮਾਇਆਵਤੀ ਸੀ ਚਾਹੇ ਬੀਜੇਪੀ ਸੀ ਚਾਹੇ ਕਾਂਗਰਸ ਸੀ ਇਹਨਾਂ ਦਾ ਪੈਸਾ ਵਾਈਟ ਹੋਇਆ ਬਾਕੀ ਕਿਸੇ ਦਾ ਤਾਂ ਮੈਨੂੰ ਪਤਾ ਨਹੀਂ ਲੱਗਿਆ ਜੀ ਕਿੱਥੋਂ ਨਿਕਲਿਆ ਪੈਸਾ ਸਭ ਨੇ ਆਪਣੇ ਆਪਣੇ ਜੀ ਪਾਰਟੀ ਫੰਡ ਹੈ ਜੀ ਕਰੋੜਾਂ ਰੁਪਏ ਜਮ੍ਹਾਂ ਕਰਾ ਲਏ ਸਾਰਿਆਂ ਨੇ ਉਸ ਤੋਂ ਬਾਅਦ ਦੇਖ ਲਓ ਤੁਸੀਂ ਬੀਜੇਪੀ ਵੀ ਅਮੀਰ ਹੋ ਗਈ ਮਾਇਆਵਤੀ ਜੀ ਵੀ ਅਮੀਰ ਪਾਰਟੀਆਂ ਸਾਰੀਆਂ ਅਮੀਰ ਹੋ ਗਈ ਹਿਮਾਂਸ਼ੂ ਜੀ ਇਹ ਕਹਿੰਦੇ ਅਸੀਂ ਤਾਂ ਗਰੀਬ ਹੋ ਗਏ ਤੇ ਪਾਰਟੀ ਅਮੀਰ ਹੋ ਗਈ ਮੈਂ ਉਹਦੇ ਵਿੱਚ ਬੜੀ ਵੱਡੀ ਗੱਲ ਕਹਿਣਾ ਚਾਹੁੰਦਾ ਹੈਗਾ ਸਰ ਤੁਸੀਂ ਮੈਂ ਤਾਂ ਕਰ ਡਾਟਾ ਦੇ ਨਾਲ ਕਹੇਗਾ ਪਰ ਅਗਰ ਤੁਸੀਂ ਦੇਖੋ ਸਾਰੀ ਜਿਹੜੀਆਂ ਲਾਈਨਾਂ ਲੱਗੀਆਂ ਦੇਖੀਆਂ ਤੁਸੀਂ ਉਸ ਟਾਈਮ ਦੇ ਵਿੱਚ ਤੁਸੀਂ ਦੇਖੋ ਇੱਕ ਵੀ ਅਮੀਰ ਆਦਮੀ ਨਹੀਂ ਲੱਗਿਆ ਹੋਇਆ ਸੀ ਸਰ ਉਸ ਲਾਈਨ ਦੇ ਵਿੱਚ ਹਮੇ ਜਿਹੜਾ ਲਾਈਨ 'ਚ ਲੱਗਿਆ ਹੋਇਆ ਸੀ ਉਹ ਗਰੀਬ ਆਦਮੀ ਲੱਗਿਆ ਹੋਇਆ ਸੀ ਸਰ ਅਨਇੰਪਲੋਇਮੈਂਟ ਇੰਨੀ ਸਰ ਵੱਧ ਗਈ ਦੇਖੋ ਸਰਕਾਰ ਨੇ ਹਜੇ ਤੱਕ ਨਹੀਂ ਇਹ ਸਾਨੂੰ ਦੱਸਿਆ ਹੈਗਾ ਕਿ ਜਿਹੜੇ 99.3% ਜਿਹੜਾ ਉਹਨਾਂ ਕੋਲ ਪੈਸਾ ਆਇਆ ਉਹਦੀ ਬਾਈਫਰਕੇਸ਼ਨ ਕਿਸ ਤਰ੍ਹਾਂ ਕਿ ਕਿਹੜਾ ਪੈਸਾ ਕਿੱਥੋਂ ਆਇਆ ਕਿ ਫੋਰਨ ਕੰਟਰੀਜ਼ ਤੋਂ ਵੀ ਆ ਗਿਆ ਜਾਂ ਕਿੱਥੋਂ ਹੋਇਆ ਹੈਗਾ ਇਹ ਕਿਸੇ ਵੀ ਚੀਜ਼ ਨੂੰ ਉਹਨਾਂ ਨੇ ਕਲੀਅਰ ਨਹੀਂ ਕੀਤਾ ਹੈਗਾ ਸਰ ਵਜ੍ਹਾ ਸਰ ਵਜ੍ਹਾ ਤਾਂ ਹੁਣ ਸਰਕਾਰ ਤੋਂ ਪੁੱਛੀ ਜਾਵੇ ਕਿਉਂਕਿ ਮਿੱਤਲ ਸਾਹਿਬ ਕੋਲ ਬੈਠੇ ਉਹੀ ਦੱਸ ਸਕਦੇ ਆ ਬੀਜੇਪੀ ਦੇ ਰਿਪ੍ਰੈਜ਼ੈਂਟੇਟਿਵ ਹੈਗੇ ਮਿੱਤਲ ਸਾਹਿਬ ਟ੍ਰਾਂਸਪੇਰੈਂਸੀ ਕਿਉਂ ਨਹੀਂ ਦਿਖੇਗੀ ਇੱਕ ਤਾਂ ਟਾਈਮ ਬਹੁਤ ਲੱਗ ਗਿਆ ਨੋਟ ਗਿੰਨੇ ਬੜੇ ਔਖੇ ਸੀਗੇ ਨੋਟ ਆਏ ਬਹੁਤ ਜ਼ਿਆਦਾ ਇੰਨੀ ਉਮੀਦ ਨਹੀਂ ਹੈਗੀ ਸਰਕਾਰ ਨੂੰ ਦੇਖੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਪਹਿਲੇ ਤਾਂ ਹਿਮਾਂਸ਼ੂ ਜੀ ਨੇ ਵੀ 1-2 ਗੱਲਾਂ ਪੁਆਇੰਟ ਆਊਟ ਕੀਤੀਆਂ ਔਰ ਰਣਜੀਤਾ ਮਹਿਤਾ ਜੀ ਨੇ ਵੀ 1-2 ਗੱਲਾਂ ਪੁਆਇੰਟ ਆਊਟ ਕੀਤੀਆਂ ਕਿ ਬਲੈਕ ਮਨੀ ਦੇ ਬਾਰੇ 'ਚ ਮੈਂ ਦੱਸਣਾ ਚਾਹੁੰਦਾ ਕਿ RBI ਦੀ ਜਿਹੜੀ ਰਿਪੋਰਟ ਆਈ ਸੀ ਉਹਦੇ 'ਚ ਉਹਨਾਂ ਨੇ ਬੜਾ ਕਲੀਅਰ ਕੀਤਾ ਕਿ 2 ਲੱਖ ਕਰੋੜ ਰੁਪਈਆ ਜਿਹੜਾ ਆਇਆ ਉਹਦੇ ਬਾਰੇ ਦੇ ਵਿੱਚ ਇਨਕੁਆਇਰੀਜ਼ ਚੱਲ ਰਹੀਆਂ ਕਰੀਬ 1,75,000 ਕਰੋੜ ਦੀ ਜਿਹੜੀ ਸਸਪੀਸ਼ੀਅਸ ਜਮ੍ਹਾਂ ਹੋਏ ਔਰ 18 ਲੱਖ ਲੋਕ ਜਿਹੜੇ ਆਈਡੈਂਟੀਫਾਈ ਹੋਏ ਹੈ ਜਿਨ੍ਹਾਂ ਦੀ ਕਿ ਡਿਪੋਜ਼ਿਟ ਜਿਹੜੀ ਹੈ ਉਹ ਸਸਪੀਸ਼ੀਅਸ ਹੈ ਉਹ ਸ਼ੱਕ ਦੇ ਦਾਇਰੇ 'ਚ ਹੈ ਉਹਨਾਂ ਦੀਆਂ ਇਨਕੁਆਇਰੀਜ਼ ਚੱਲ ਰਹੀਆਂ ਕਿ ਉਹਨਾਂ ਦੇ ਕੋਲ ਜੋ ਓਰੀਜਨਲ ਸੋਰਸਿਸ ਦਿਖਾਏ ਹੋਏ ਸੀ ਉਹ ਕੁਛ ਹੋਰ ਸੀ ਔਰ ਡਿਪੋਜ਼ਿਟ ਕੁਛ ਹੋਰ ਸੀਗੇ ਇਸ ਕਰਕੇ ਉਹ ਪੈਸਾ ਕਿੱਥੋਂ ਆਇਆ ਕਿਸ ਤਰੀਕੇ ਨਾਲ ਉਹਨਾਂ ਨੇ ਜਮ੍ਹਾਂ ਕਰਾਇਆ ਉਹਦੀਆਂ ਸਾਰੀਆਂ ਇਨਕੁਆਇਰੀਜ਼ ਤੋਂ ਬਾਅਦ ਉਹ ਸਾਰਾ ਤੁਸੀਂ ਕਹਿ ਰਹੇ ਹੋ ਹਾਂਜੀ 18 ਲੱਖ ਲੋਕ ਤਾਂ ਜਸ਼ਨ ਮਨਾਉਣ ਦਾ ਹੱਕ ਹੈ ਤੁਹਾਨੂੰ ਤੁਸੀਂ ਗੱਲ ਨੂੰ ਪੂਰੀ ਸੁਣੋ RBI ਦੀ ਰਿਪੋਰਟ ਮੈਂ ਆਪਣੇ ਕੋਲੋਂ ਕੁਛ ਨਹੀਂ ਕਹਿ ਰਿਹਾ ਬਹੁਤ ਘੱਟ ਹੁੰਦਾ ਡਿਬੇਟ ਦੇ ਵਿੱਚ ਆਪਾਂ ਗੱਲ ਕਰੀ ਜਸ਼ਨ ਮਨਾਓ RBI ਦੀ ਰਿਪੋਰਟ ਤਾਂ ਇਹ ਵੀ ਕਹਿੰਦੀ ਹੈ ਕਿ 2015-16 ਚ ਜਿੰਨੇ ਜਾਲੀ ਨੋਟ ਫੜੇ ਗਏ ਸੀ ਉਹਦੇ ਨਾਲੋਂ 17-18 ਦੇ ਵਿੱਚ 20.7% ਵਧ ਗਏ ਨਹੀਂ ਤੁਹਾਨੂੰ ਅਰੇ ਤੁਸੀਂ ਰਿਪੋਰਟ ਪੜੋ ਧਿਆਨ ਨਾਲ ਬਿਲਕੁਲ ਰਿਪੋਰਟ ਦੱਸ ਰਹੀ ਹਾਂ ਮੈਂ 100 ਦੇ ਤੇ 50 ਦੇ ਨੋਟ ਵਿੱਚ 154% ਦਾ ਇਜ਼ਾਫਾ
मैं थानू बीबी मैडम मेरा मेरा टाइम दे विच ना बोलो मैं थानू मैनू मैं डाटा ही दे रहे हैं मैं आरपीआई थोड़ा सवाल है मैं थोड़े टाइम नहीं नहीं रजिंदर मेहता दा थोड़ा सवाल है मित्तल साहब उस सवाल दा जवाब दे दो मैं थानू ही दसन लगया कि जड़ी फेक करंसी दी मैं गल कीती सी 500 हजार दा नोट दी मैक्सिमम फेक करंसी यूज हुंदी सी ओदे विच आरबीआई दी क्लियर रिपोर्ट है कि 60% जड़े वड्डे करंसी दे नोट है ओदे च डिक्रीज होया और जड़ियां कोई फेक करंसीज वड्डियां पकड़ियां भी गईयां ਉਹਦੇ ਚ ਜਿਹੜੇ ਨੋਟ ਹੈ ਉਹ ਜਾਂ ਸਕੈਨਡ ਹੈ ਇੱਕ ਮਿੰਟ ਤੁਸੀਂ ਆਪਣੇ ਕੋਲ ਦੱਸ ਦੇਣਾ ਜੋ ਤੁਸੀਂ ਕਹਿੰਦਾ ਉਹ ਜਾਂ ਸਕੈਨਡ ਹੈ ਜਾਂ ਫੋਟੋਕਾਪੀਡ ਹੈ ਲੇਕਿਨ ਫੇਕ ਕਰੰਸੀ ਐਸ ਸੱਚ ਪਬਲਿਸ਼ ਹੋ ਕੇ ਜਿਹੜੀ ਬਾਹਰ ਤੋਂ ਆਉਂਦੀ ਸੀ ਪੱਥਰਬਾਜ਼ੀ ਇੱਕ ਗੱਲ ਤੁਸੀਂ ਇੱਕ ਗੱਲ ਤੁਸੀਂ ਇੱਕ ਗੱਲ ਤੁਸੀਂ ਕਹਿ ਰਹੇ ਹੋ ਉਹ ਬੰਦ ਹੋ ਗਈ ਨਹੀਂ ਮੈਂ ਨਹੀਂ ਕਹਿ ਰਿਹਾ ਨਹੀਂ ਇੱਕ ਆਰਬੀਆਈ ਦੀ ਰਿਪੋਰਟ ਠੀਕ ਹੈ ਠੀਕ ਹੈ ਇੱਕ ਗੱਲ ਤੁਸੀਂ ਹੋਰ ਕਹੀ ਹੈ ਕਿ ਵੱਡੇ ਨੋਟ ਵੱਡੇ ਨੋਟਾਂ ਨਾਲ ਕਰਪਸ਼ਨ ਹੁੰਦੀ ਹੈ ਨਾ ਵੱਡੇ ਨੋਟਾਂ ਨਾਲ ਕਰਪਸ਼ਨ ਹੁੰਦੀ ਹੈ ਨਾ ਇੱਕ ਮਿੰਟ ਜੀ ਤਾਂ ਜਿਹੜੀ ਫੇਕ ਕਰੰਸੀ ਇਸ ਤੋਂ ਬਾਅਦ ਪਕੜੀ ਗਈ ਹੈ ਉਹ ਜਾਂ 100 ਰੁਪਏ ਦੀ ਹੈ ਜਾਂ 50 ਰੁਪਏ ਬਿਲਕੁਲ ਗਲਤ ਬੋਲ ਰਹੇ ਹੋ 2000 ਦੇ 17 ਉਹੀ ਮੈਂ ਤੁਹਾਨੂੰ 929 ਨੋਟ ਫੜੇ ਗਏ ਨੇ ਮੈਡਮ ਜੀ ਤੁਸੀਂ ਮੇਰੀ ਗੱਲ ਸੁਣੀ ਨਹੀਂ 18 ਦੇ ਵਿੱਚ ਤੁਸੀਂ ਸੁਣੀ ਨਹੀਂ ਕਰੋੜ ਦੇ ਨੋਟ ਤਾਂ ਕੱਲੇ 2000 ਦੇ ਪਕੜੇ ਗਏ ਨੇ ਤੁਸੀਂ ਸੁਣੀ ਨਹੀਂ ਸੁਣਦਾ ਰਹੀ ਹਾਂ ਮੈਂ 60% ਡਿਕਰੀਸ ਹੋਇਆ ਹੈ ਮੈਂ 100% ਨਹੀਂ ਕਿਹਾ ਤੁਸੀਂ ਗਲਤ ਆਕੜ ਦੇ ਰਹੇ ਹੋ ਮੈਂ 60% ਕਿਹਾ ਹੈ ਇੰਨੇ ਡਿਕਰੀਸ ਹੁੰਦੇ ਨਹੀਂ ਤੁਸੀਂ ਬਲੈਕ ਮਨੀ ਹੁੰਦੀ ਤਾਂ ਬਾਹਰ ਨਿਕਲਦੀ ਔਰ ਮੈਂ ਵੀ ਨਾਲ ਦੱਸਿਆ ਕਿ ਉਹ ਜਾਂ ਫੋਟੋਕਾਪੀਡ ਹੈ ਜਾਂ ਸਕੈਨ ਨੋਟਸ ਹੈ ਉਹ ਕਿਤੇ ਪ੍ਰਿੰਟ ਨਹੀਂ ਹੋਏ ਵੇ ਜਿੱਦਾਂ ਪਹਿਲੇ 500 ਹਜ਼ਾਰ ਦੇ ਨੋਟ ਪ੍ਰਿੰਟ ਹੋ ਕੇ ਆਉਂਦੇ ਸੀ ਉਹਦੇ ਉੱਤੇ ਉਹਦਾ ਭ੍ਰਸ਼ਟਾਚਾਰ ਕੱਟ ਗਿਆ ਬਿਲਕੁਲ ਕਿਆ ਕਾਲੇ ਨੋਟ ਫੜੇ ਗਏ ਤੇ ਕਰਦਨ ਬੈਂਕਾਂ 'ਚ ਵਾਪਸ ਆ ਗਿਆ ਬਿਲਕੁਲ ਤੁਸੀਂ ਇਹ ਆਂਕੜੇ ਦੱਸ ਕੇ ਉਹ ਬੈਂਕਾਂ 'ਚ ਜਿਹੜਾ ਡਿਪੋਜ਼ਿਟ ਹੋਇਆ ਉਹਦੀ ਇਨਕੁਆਇਰੀ ਚੱਲ ਰਹੀ ਹੈ ਇਹ ਜਿਹੜਾ ਡਿਪੋਜ਼ਿਟ ਹੋਇਆ ਉਹਦੀ ਇਨਕੁਆਇਰੀ ਚੱਲ ਰਹੀ ਹੈ ਤੁਹਾਨੂੰ ਖਤਰਾ ਕਿਉਂ ਹੈ ਇਨਕੁਆਇਰੀ ਦੀ ਰਿਪੋਰਟ ਆ ਲੈਣ ਦਿਓ ਇਨਕਮ ਟੈਕਸ ਡਿਪਾਰਟਮੈਂਟ ਇਨਕਮ ਟੈਕਸ ਡਿਪਾਰਟਮੈਂਟ ਉਹਦੀ ਇਨਕੁਆਇਰੀ ਕਰ ਰਿਹਾ ਹੈ ਪੱਥਰਬਾਜ਼ ਵੀ ਕੰਟਰੋਲ ਚ ਆ ਗਿਆ ਅੱਜ ਕੋਈ ਇਨਸੀਡੈਂਟ ਨਹੀਂ ਆ ਰਿਹਾ ਬਿਲਕੁਲ ਜੰਮੂ ਕਸ਼ਮੀਰ ਦੇ ਹਾਲ ਜੰਮੂ ਕਸ਼ਮੀਰ ਦੇ ਵਿੱਚ ਹੀ ਕਹਿ ਰਿਹਾ ਮੈਂ ਤੁਹਾਨੂੰ ਮੇਰੇ ਕੋਲ ਜੰਮੂ ਕਸ਼ਮੀਰ ਚ ਐਡਾ ਬੜਾ ਇਕਨੋਮੀ ਦਾ ਮੈਸਾ ਇੱਕ ਮਿੰਟ ਮਿੱਤਲ ਸਾਹਿਬ ਮੇਰੇ ਕੋਲ ਬਹੁਤ ਸਾਰੀਆਂ ਗੱਲਾਂ ਮੇਰੇ ਕੋਲ ਸਾਰਾ ਕੰਟਰੋਲ ਆ ਮੇਰੇ ਕੋਲ ਸਾਰਾ ਡਾਟਾ ਪਿਆ ਉਹ ਐਵੇਂ ਡਾਟੇ ਵਿੱਚ ਉਲਝਾਓ ਨਾ ਤੁਸੀਂ ਲੋਕਾਂ ਨੂੰ ਮੇਰੇ ਕੋਲ ਸਾਰਾ ਡਾਟਾ ਪਿਆ ਹੰਸਰਾਜ ਅਹੀਰ ਜੀ ਨੇ ਜੋ ਪਾਰਲੀਮੈਂਟ ਵਿੱਚ ਬੋਲਿਆ ਉਹ ਮੈਂ ਬੋਲੂੰਗਾ ਤੇ ਉਹ ਜਿਵੇਂ ਪਹਿਲਾਂ ਦਰਸ਼ਕਾਂ ਨੂੰ ਸਮਝ ਨਹੀਂ ਆ ਰਿਹਾ ਜਾਂ ਤੁਸੀਂ ਸਮਝਾ ਨਹੀਂ ਦੇ ਉਵੇਂ ਉਹਨਾਂ ਨੂੰ ਹੁਣ ਵੀ ਸਮਝ ਨਹੀਂ ਆਉਣਾ ਦਾ ਹਿਮਾਂਸ਼ੂ ਮਿੱਤਲ ਜੀ ਹਿਮਾਂਸ਼ੂ ਜੀ ਰਾਮਪਾਲ ਜੀ ਮਿੱਤਲ ਸਾਹਿਬ ਹੋ ਗਏ ਸੀ ਨਾਲ ਜੁੜ ਗਏ ਸੀ ਤੁਹਾਡੇ ਮੈਨੂੰ ਲੱਗਿਆ ਸੀ ਮੈਂ ਕਿਹਾ ਸ਼ਾਇਦ ਬੀਜੇਪੀ ਦੀ ਲਾਈਨ ਕੋਈ ਗੱਲ ਕਰੋ ਮੇਰਾ ਸਵਾਲ ਹੈ ਰਾਮਪਾਲ ਜੀ ਕਿ ਸਰਕਾਰ ਨੇ ਕਰੋੜਾਂ ਰੁਪਏ ਖਰਚ ਕਰਤੇ ਨਵੇਂ ਨੋਟ ਛਾਪਣ ਤੇ 22000 ਕਰੋੜ ਸਰ 21000 ਕਰੋੜ ਕੇ 22000 ਕਰੋੜ ਅੱਛਾ 22 ਲਾ ਲਓ ਤੁਸੀਂ ਅੱਛਾ ਤੇ 16000 ਕਰੋੜ ਰੁਪਏ ਵਿਚਾਲੇ ਕੀ ਕੀਤਾ ਮੈਨੂੰ ਸਮਝ ਨਹੀਂ ਆ ਰਹੀ ਮੈਂ ਇਹ ਚੀਜ਼ ਸਮਝਾਉਣੀ ਹੈ ਮੇਰੀ ਗੱਲ ਸੁਣੋ ਸਰ ਅਗਰ 22000 ਤੁਸੀਂ ਅਗਰ ਟੋਟਲ ਐਕਸਪੈਂਡੀਚਰ ਦੇਖਿਆ ਜਾਵੇ 22000 ਕਰੋੜ ਰੁਪਏ ਖਰਚ ਕੀਤਾ ਅਸੀਂ ਇੱਕ ਦਿਨ ਐਸਟੀਮੇਟ ਲਗਾ ਰਹੇ ਸੀਗੇ ਤਕਰੀਬਨ 10 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸਰ 10 ਲੱਖ ਕਰੋੜ ਦਾ ਹਾਂਜੀ ਉਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜਾ ਸਰਕਾਰ ਹਜੇ ਰਿਵੀਲ ਹੀ ਨਹੀਂ ਕਰ ਰਹੀ ਸਰ ਤੁਸੀਂ ਹੁਣ 22000 ਕਰੋੜ ਕਰਕੇ ਔਰ ਖਰਚ ਕਰਕੇ ਤੁਸੀਂ ਜਿਹੜੇ 16000 ਕਰੋੜ ਜਿਹੜੇ ਜਿੰਨੇ ਵੀ ਸੀਗੇ ਤਕਰੀਬਨ 12-13000 ਕਰੋੜ ਜਿਹੜਾ ਸੀ ਜਿਹੜਾ ਵਾਪਸ ਨਹੀਂ ਆਇਆ ਸਰ ਪੈਸਾ ਉਹਦੇ ਪਿੱਛੇ ਤੁਸੀਂ 10 ਲੱਖ ਕਰੋੜ ਦਾ ਨੁਕਸਾਨ ਕਰ ਲਿਆ ਸਰ ਕੀ ਇਹ ਜਾਇਜ਼ ਗੱਲ ਹੈ ਤੁਸੀਂ ਇੱਕ ਆਮ ਆਦਮੀ ਨੂੰ ਵੀ ਸਮਝਾਓਗੇ ਕਿ ਤੂੰ ਬਈ 12 ਰੁਪਏ ਖਰਚ 12 ਰੁਪਏ ਤੇਰੇ ਬਚਾਏ ਹੈ ਪਰ ਤੇਰੇ 10 ਲੱਖ ਦਾ ਨੁਕਸਾਨ ਕਰਤਾ ਹੈਗਾ ਉਹ ਬੰਦਾ ਕੀ ਸੋਚੇਗਾ ਬੰਦਾ ਤਾਂ ਇਹੀ ਸੋਚੇਗਾ ਨਾ ਕਿ ਮੇਰਾ ਨੁਕਸਾਨ ਜ਼ਿਆਦਾ ਹੋਇਆ ਹੈਗਾ ਨੰਬਰ ਤੋਂ ਤਾਂ ਗੱਲ ਇਹ ਹੈ ਕਿ ਜੋ ਸਰ ਗੱਲ ਕਰਦੇ ਪਏ ਹੈਗੇ ਫੇਕ ਕਰੰਸੀ ਦੀ ਗੱਲ ਕਰਦੇ ਪਏ ਆ ਸਰ ਜੋ ਚੀਜ਼ਾਂ ਜੋ ਓਬਜੈਕਟਿਵ ਸੀਗੇ ਉਹਦੇ ਕਿਆ ਨਾਮ ਹੈ ਨੋਟਬੰਦੀ ਦੇ ਜੋ ਓਬਜੈਕਟਿਵ ਸੀਗੇ ਸਰ ਉਹਨਾਂ ਦੇ ਵਿੱਚੋਂ ਇੱਕ ਵੀ ਓਬਜੈਕਟਿਵ ਅਚੀਵ ਨਹੀਂ ਹੋਇਆ ਸਰ ਇਹ ਅਗਰ ਦੇਖਿਆ ਜਾਵੇ ਕਿ ਸਾਨੂੰ ਸਾਰਾ ਪਤਾ ਹੈਗਾ ਕਿ ਫੇਕ ਕਰੰਸੀ ਈਵਨ ਜਦੋਂ ਮੈਂ ਥੋੜਾ ਜਿਹਾ ਐਡ ਆਨ ਕਰਦਾ ਮੈਂ ਹਾਂਜੀ ਸਰ ਪਲੀਜ਼ ਸਰ ਚਿਦੰਬਰਮ ਸਾਹਿਬ ਨੇ ਇੱਕ ਟਵੀਟ ਕੀਤਾ ਸੀ ਉਦੋਂ ਕਿ ਸਾਡੀ ਜਿਹੜੀ ਅਰਥ ਵਿਵਸਥਾ ਹੈਗੀ ਆ ਉਹਦੀ ਗਰੋਥ ਦੇ ਟਰਮ ਵਿੱਚ 1.5% ਦਾ ਨੁਕਸਾਨ ਹੋਇਆ ਬਿਲਕੁਲ ਸਰ ਇੱਕ ਉਹਨਾਂ ਨੇ ਕਿਹਾ ਸੀ ਇੱਕ ਸਾਲ ਵਿੱਚ 2.5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਇਹ ਮੈਨੂੰ ਥੋੜ੍ਹਾ ਜਿਹਾ ਸਮਝਾ ਦਿਓ ਇਹ ਕੀ ਕਹਿਣਾ ਚਾਹ ਰਹੇ ਚਿਦੰਬਰਮ ਸਾਹਿਬ ਸਰ ਤੁਸੀਂ ਦੇਖੋ ਕਿ ਜਦੋਂ ਇੰਨੇ ਬੰਦੇ ਅਨਇੰਪਲੋਇਡ ਹੋਣਗੇ ਤੁਹਾਡੀ GDP ਡਾਊਨ ਆ ਗਈ ਤੁਸੀਂ ਕਰੰਸੀ ਦੇ ਜਦੋਂ ਤੁਸੀਂ ਇਕਨੋਮੀ 'ਚੋਂ ਖਿੱਚ ਲਈ ਹੈਗੀ ਹੈ ਪੈਸਾ ਸਰਕੂਲੇਸ਼ਨ 'ਚ ਨਹੀਂ ਆਇਆ ਲੋਕ ਐਕਸਪੈਂਡੀਚਰ ਨਹੀਂ ਕਰ ਰਹੇ ਡਿਮਾਂਡ ਨਹੀਂ ਹੋ ਰਹੀ ਅਤੇ ਆਪਣੇ ਆਪ ਇਹ ਚੀਜ਼ਾਂ ਘਟਣਗੀਆਂ ਔਰ ਇੱਕ ਚੀਜ਼ ਨਹੀਂ ਤੁਸੀਂ ਦੇਖੋ ਨਾ ਪੂਰੇ ਦੀ ਪੂਰਾ ਇੰਡੀਆ ਕਿੱਡਾ ਵੱਡਾ ਕੰਟਰੀ ਹੈ ਸਰ ਉੱਥੇ ਅਸਰ ਹੋਇਆ ਸਾਰੇ ਸਾਰ ਹੁਣ ਉਹ ਜਦੋਂ ਇਹ ਸਾਰਾ ਅਸਰ ਹੋਏਗਾ ਤਾਂ ਸਰ ਇਹ ਨਜ਼ਰ ਆਏਗਾ ਹੀ ਆਏਗਾ ਸਰ ਨਹੀਂ ਵਿਰੋਧ ਜਾਇਜ਼ ਹੈ ਜੋ ਵਿਰੋਧੀ ਪਾਰਟੀਆਂ ਕਰਦੀਆਂ ਸਰ ਮੈਨੂੰ ਇਹ ਵਿਰੋਧ ਦੇਖੋ ਸਿਆਸੀ ਵਿਰੋਧ ਹੈ ਜਾਂ ਸਹੀ ਮਾਇਨੇ 'ਚ ਵਿਰੋਧ ਹੈ ਹੋਣਾ ਚਾਹੀਦਾ ਮੈਨੂੰ ਦੇਖੋ ਮੇਰਾ ਪਰਸਨਲ ਵਿਊ ਹੈ ਕਿ ਇਹ ਸਹੀ ਮਾਇਨੇ 'ਚ ਵਿਰੋਧ ਹੈਗਾ ਹਾਂ ਸਹੀ ਮਾਇਨੇ 'ਚ ਵਿਰੋਧ ਸਹੀ ਕਿਉਂਕਿ ਸਰ ਤੁਸੀਂ ਦੇਖੋ ਨਾ ਜਦੋਂ ਜਿੰਨੇ 15-15 ਲੱਖ ਲੋਕੀ ਅਨਇੰਪਲੋਇਡ ਹੋਏ ਆ ਜਾਂ 150 ਲੋਕੀ ਜਿਹੜੇ ਮਰੇ ਆ ਤੁਸੀਂ ਮੈਨੂੰ ਦੱਸੋ ਕਿਸੇ ਵੀ ਸਰਕਾਰ ਨੇ ਆ ਕੇ ਚਾਹੇ ਕਿਸੇ ਵੀ ਮਰੇ ਹੋਣ ਬੰਦੇ ਕਿਸੇ ਨੇ ਸ਼ਹੀਦ ਕਿਹਾ ਨਾ ਬੰਦਿਆਂ ਨੂੰ ਆ ਕੇ
ਜਦੋਂ ਬੰਦੇ ਮਰੇ ਹੈਗੇ ਕਿਸੇ ਨੂੰ ਜਾ ਕੇ ਕਿਸੇ ਵੀ ਭਗਤ ਸਿੰਘ ਵੀ ਹੈ ਨਹੀਂ ਇੱਥੇ ਮਾਫ਼ ਨਹੀਂ ਸਰ ਮੈਂ ਤੁਹਾਡੀ ਗੱਲ ਸਹੀ ਹੈ ਕਿ ਸਰ ਜਿਹੜੇ 150 ਬੰਦੇ ਮਰੇ ਆ ਕਿਸੇ ਨੇ ਵੀ ਕੁਛ ਅਨਾਊਂਸ ਕੀਤਾ ਕਿ ਉਹਨਾਂ ਲੋਕਾਂ ਵਾਸਤੇ ਸਰਕਾਰ ਨੇ ਪੁੱਛਿਆ ਤੱਕ ਨਹੀਂ ਵੀ ਹਾਂ ਵੀ ਉਹ 15 ਲੱਖ ਲੋਕਾਂ ਦਾ ਕੀ ਹੋਇਆ ਸਰਕਾਰ ਡਾਟਾ ਦੇਣ ਨੂੰ ਤਿਆਰ ਨਹੀਂ ਹੈਗੀ ਸਾਨੂੰ ਕਿ ਹਾਂ ਵੀ ਕੀ ਹੋਇਆ ਐਕਚੁਅਲ ਦੇ ਵਿੱਚ ਉਸ ਟਾਈਮ ਦੇ ਵਿੱਚ ਠੀਕ ਹੈ ਰਮੇਸ਼ ਚਾਵਲਾ ਜੀ ਇੰਡਸਟਰੀ ਆ ਜਿਹੜੀ ਉਹ ਇੰਡਸਟਰੀ ਤਾਂ ਪਹਿਲਾਂ ਹੀ ਬੜੀ ਮਾਰ ਪੈ ਰਹੀ ਹੈ ਤੁਸੀਂ ਪੰਜਾਬ ਦੇ ਪ੍ਰੋਸਪੈਕਟਿਵ ਨਾਲ ਗੱਲ ਕਰੋ ਤੁਸੀਂ ਪੂਰੇ ਦੇਸ਼ ਦੇ ਪ੍ਰੋਸਪੈਕਟਿਵ ਨਾਲ ਗੱਲ ਕਰੋ ਇੰਡਸਟਰੀ ਦੇ ਵਿੱਚ ਗਰੋਥ ਬਿਲਕੁਲ ਨਹੀਂ ਹੋਈ ਨਹੀਂ ਸਮਾਲ ਸਕੇਲ ਤਾਂ ਬਿਲਕੁਲ ਖਤਮ ਹੁੰਦਾ ਜਾ ਰਿਹਾ ਪਹਿਲਾਂ ਇਹਨਾਂ ਨੇ ਨੋਟਬੰਦੀ ਉਹ 5-6 ਮਹੀਨੇ ਨੋਟਬੰਦੀ ਤੋਂ ਨਹੀਂ ਉੱਭਰੇ ਸੀ ਉਸ ਤੋਂ ਬਾਅਦ GST ਦੇ ਵਿੱਚ ਇੰਪਲੀਮੈਂਟ ਕਰਨ ਦਾ ਤਰੀਕਾ ਹੀ ਗਲਤ ਸੀ ਇੰਨਾ ਟੈਕਸ ਲਾ ਤਾ 6 ਮਹੀਨੇ ਪਤਾ ਹੀ ਨਹੀਂ ਚੱਲਿਆ 1 ਮਹੀਨਾ ਪਹਿਲਾਂ ਸਭ ਨੇ ਪ੍ਰੋਡਕਸ਼ਨਾਂ ਬੰਦ ਕਰਤੀਆਂ ਮਾਲ ਆਉਣੇ ਬੰਦ ਹੋ ਗਏ ਕਿ ਜੀ ਪਤਾ ਨਹੀਂ ਕਿਸ ਤਰ੍ਹਾਂ ਬਿੱਲ ਕੱਟਣਾ ਹੈ ਕਿਆ ਕੱਟਣਾ ਜੀ ਇੰਨਾ ਕਟਰਾਤਾ ਜੇ ਕੋਈ ਗਲਤ ਕਰੇਗਾ ਇਹ ਕਰੇਗਾ ਕਿਸੇ ਨੂੰ ਆਪ ਖੁਦ ਸਰਕਾਰ ਨੂੰ ਵੀ ਨਹੀਂ ਸੀ ਪਤਾ ਕਿ ਇਹਦੇ ਵਿੱਚ ਕਿਸ ਤਰ੍ਹਾਂ ਰਿਟਰਨ ਭਰਨੀ ਕਿਸ ਤਰ੍ਹਾਂ ਕੀ ਕਰਨਾ ਜਿਹੜਾ ਕਿ ਅੱਜ ਤੱਕ ਹੁਣ ਜਾ ਕੇ ਥੋੜ੍ਹਾ ਬਹੁਤ ਸਮੂਥ ਹੋਇਆ ਜਿਹੜਾ ਕਰਕੇ ਹੈ ਪਰ ਉਸ ਤੋਂ ਬਾਅਦ ਉਹ ਕਰਕੇ ਪੱਠਾ ਕੰਮਾਂ ਦਾ ਬਿਲਕੁਲ ਹੀ ਪੱਠਾ ਬੈਠ ਗਿਆ ਮੈਂ ਨਾ ਤੁਸੀਂ ਸਾਡੇ ਕੋਲ ਰਿਪੋਰਟਸ ਆਈਆਂ ਕਈ ਰਮੇਸ਼ ਚਾਵਲਾ ਜੀ ਮੈਂ ਉਹਨਾਂ ਦੀ ਗੱਲ ਕਰੂੰਗਾ ਜਿਹੜੇ ਇੰਡਸਟਰੀਸਟ ਹੈਗੇ ਉਹ ਸਾਰੇ ਇਹ ਗੱਲ ਕਹਿੰਦੇ ਵੀ GST ਅਤੇ ਡੀਮੋਨਟਾਈਜੇਸ਼ਨ ਨੇ ਸਾਨੂੰ ਮਾਰਤਾ ਅਤੇ ਉਹ ਕਹਿੰਦੇ ਅਸੀਂ ਦੀਵਾਲੀ ਵੀ ਨਹੀਂ ਚੰਗੀ ਤਰ੍ਹਾਂ ਮਨਾ ਪਾ ਰਹੇ ਗੇ ਉਹ ਅਸਰ ਹਜੇ ਵੀ ਦਿਖਦਾ ਪਿਆ ਹਜੇ ਵੀ ਹੈ ਜੀ ਤੁਸੀਂ ਇਸ ਸਾਲ ਹੀ ਦੇਖ ਲਓ ਮਾਰਕੀਟਾਂ ਦੇ ਵਿੱਚ ਜਾ ਕੇ ਦੇਖ ਲਓ ਹੋਰ ਕਿਤੇ ਗੱਲ ਕਰਕੇ ਦੇਖ ਲਓ ਕੋਈ ਨਹੀਂ ਹੈ ਕੋਈ ਰਸ਼ ਨਹੀਂ ਹੈ ਕੋਈ ਕੁਛ ਨਹੀਂ ਹੈ ਪੈਸਾ ਲੋਕਾਂ ਕੋਲੋਂ ਖਤਮ ਹੋ ਗਿਆ ਪਤਾ ਨਹੀਂ ਕੀ ਗੱਲ ਹੈ ਸਭ ਗੈਬ ਹੋ ਗਿਆ ਉਹ ਜਿਹੜਾ ਲੋਸ ਹੈ ਨਾ ਜੀ ਜਿਹੜਾ ਉਸ ਸਾਲ ਦਾ ਲੋਸ ਹੈ ਉਹ ਰਿਕਵਰ ਨਹੀਂ ਹੋ ਰਿਹਾ ਕੰਪੀਟੀਸ਼ਨ ਬਹੁਤ ਹੋ ਗਿਆ ਹੁਣ ਕੀ ਹੈ ਕਿ ਬਿਜ਼ਨਸ ਜਿਹੜਾ ਹੈ ਥੋੜ੍ਹਾ ਜਿਹਾ ਵੱਡੇ ਘਰਾਣਿਆਂ ਕੋਲ ਜਾ ਰਿਹਾ ਛੋਟਾ ਕੋਈ ਦੁਕਾਨਦਾਰ ਹੈ ਚਾਹੇ ਛੋਟਾ ਕੋਈ ਸਨਅਤਕਾਰ ਹੈ ਚਾਹੇ ਕੋਈ ਛੋਟਾ ਜਿਹੜਾ ਵੀ ਹੈ ਉਹ ਮਰ ਰਿਹਾ ਇਹ ਨਹੀਂ ਮੈਂ ਕਹਿ ਰਿਹਾ ਕਿ ਇੱਕ ਸਟੇਟ 'ਚ ਹੈ ਜਾਂ ਦੂਸਰੀ ਸਟੇਟ 'ਚ ਹੈ ਹਰ ਸਟੇਟ 'ਚ ਹੈ ਚਾਹੇ ਉੱਥੇ BJP ਦੀ ਗੌਰਮੈਂਟ ਹੈ ਚਾਹੇ ਕਾਂਗਰਸ ਦੀ ਗੌਰਮੈਂਟ ਹੈ ਉਹ ਉਸ ਤੋਂ ਬਾਅਦ ਕੋਈ ਕੰਮ ਠੀਕ ਨਹੀਂ ਆ ਚਲੋ ਇੱਕ ਹੋਰ ਛੋਟਾ ਬ੍ਰੇਕ ਲੈਣੇ ਬ੍ਰੇਕ ਤੋਂ ਵਾਪਸ ਆਵਾਂ ਕਿ ਜਿਹੜੇ ATM ਜਾਂ ਬੈਂਕਾਂ ਦੇ ਬਾਹਰ ਲਾਈਨਾਂ 'ਤੇ ਲੱਗੇ ਸੀਗੇ ਹੁਣ ਇਹ ਚਰਚਾ ਚੱਲਦੀ ਵੀ ਹੈਗੀ ਹੈ ਕਿ ਉਹ ਆਪਦੇ ਲਈ ਨਹੀਂ ਲੱਗੇ ਸੀਗੇ ਉਹ ਕਾਲਾ ਧਨ ਜਿਹੜਾ ਸਫੈਦ ਕਰ ਰਿਹਾ ਉਹਨਾਂ ਦੇ ਏਜੰਟ ਬਣ ਕੇ ਉੱਥੇ ਖੜ੍ਹੇ ਸੀਗੇ ਇਹੋ ਜਿਹੀ ਚਰਚਾ ਵੀ ਚੱਲ ਰਹੀ ਇਹੋ ਜਿਹੀ ਚਰਚਾ ਕਿਉਂ ਚੱਲ ਰਹੀ ਹੈ ਜਿਹੜਾ ਆਮ ਆਦਮੀ ਉੱਥੇ ਖੜ੍ਹਾ ਸੀਗਾ ਉਸ ਨੂੰ ਉਸਦਾ ਏਜੰਟ ਕਿਉਂ ਦੱਸਿਆ ਜਾ ਰਿਹਾ ਇਸ ਦੇ ਪਿੱਛੇ ਕੀ ਹੈਗਾ ਗਰਾਊਂਡ ਕੀ ਹੈਗਾ ਬ੍ਰੇਕ ਤੋਂ ਵਾਪਸ ਆ ਕੇ ਸਵਾਲ ਪੁੱਛਣਾ ਜ਼ਰੂਰ ਹੈ ਨੋਟਬੰਦੀ 2 ਸਾਲ ਪੂਰੇ ਹੋਣ ਦਾ ਜਸ਼ਨ ਕਿਉਂ ਨਹੀਂ ਮਨਾਉਂਦੀ ਕੇਂਦਰ ਸਰਕਾਰ ਹਿਮਾਂਸ਼ੂ ਜੀ ਮੈਂ ਇੱਕ ਸਵਾਲ ਛੱਡ ਕੇ ਗਿਆ ਸੀਗਾ ਬ੍ਰੇਕ ਤੋਂ ਪਹਿਲਾਂ ਜਿਹੜਾ ਗਰੀਬ ਆਦਮੀ ਹੈ ਜਿਹੜਾ ਲਾਈਨਾਂ ਵਿੱਚ ਲੱਗਿਆ ਹੋਇਆ ਸੀਗਾ ਉਸ ਬਾਰੇ ਇਹ ਕਿਹਾ ਜਾਣ ਲੱਗ ਪਿਆ ਕਿ ਇਹ ਜਿਹੜਾ ਕਾਲੇ ਧਨ ਨੂੰ ਚਿੱਟਾ ਕਰਨ 'ਚ ਲੱਗੇ ਹੋਏ ਆ ਉਹਦਾ ਏਜੰਟ ਹੈ ਵਿਚਾਰਾ ਸਰ ਇਹ ਕਿੰਨੀ ਗਲਤ ਗੱਲ ਹੈ ਸਰ ਅਸੀਂ ਗਰੀਬ ਆਦਮੀ ਨੂੰ ਅਸੀਂ ਐਡੀ ਵੱਡੀ ਤੋਹਮਤ ਲਗਾ ਰਹੇ ਜਿਹਦੇ ਬੰਦੇ ਕੋਲ ਖਾਣ ਨੂੰ ਪੈਸੇ ਨਹੀਂ ਹੈਗੇ ਕੁਛ ਨਹੀਂ ਹੈਗਾ ਉਹਦੇ ਕੋਲ ਨਹੀਂ ਉਹਦਾ ਮਤਲਬ ਹੋਰ ਸੀਗਾ ਮੈਨੂੰ ਸਮਝ ਗਿਆ ਤੁਸੀਂ ਜਨਧਨ ਤੁਸੀਂ ਮੈਨੂੰ ਮਤਲਬ ਉਹ ਕਹਿੰਦਾ ਵੀ ਆਪਦੇ ਲਈ ਨਹੀਂ ਲੱਗਿਆ ਹੋਇਆ ਇਹ ਜਨਧਨ ਜਿਹੜੇ ਅਕਾਊਂਟ ਜਿਹੜੇ ਸੀਗੇ ਤੁਸੀਂ ਉਹਨਾਂ 'ਚ ਸ਼ਿਫਟ ਹੋਇਆ ਹੈਗਾ ਇਹ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਆਪਣੀ ਇੱਕ ਸਪੀਚ ਦੇ ਵਿੱਚ ਕਿਹਾ ਸੀ ਕਿ ਜਿਨ੍ਹਾਂ ਨੇ ਉਹਨਾਂ ਅਕਾਊਂਟ 'ਚ ਪੈਸੇ ਜਮ੍ਹਾਂ ਕਰਤੇ ਹੈਗੇ ਉਹ ਆਪਣੇ ਕੋਲ ਰੱਖ ਲੈਣ ਸਰ ਇੱਕ ਪਾਸੇ ਸਰਕਾਰ ਜਾਂ ਪ੍ਰਧਾਨ ਮੰਤਰੀ ਜੀ ਨੇ ਸਪੋਰਟ ਵੀ ਕੀਤਾ ਦੂਸਰੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਕਿ ਹਾਂ ਵੀ ਹੁਣ ਜਿਹੜੀ ਤੁਹਾਡੀ ਗੱਲ ਸੁਣਨ 'ਚ ਆ ਰਹੀ ਹੈਗੀ ਹੈ ਕਿ ਹਾਂ ਵੀ ਉਹ ਏਜੰਟ ਸੀਗੇ ਸਰ ਗਰੀਬ ਅੱਜ ਵੀ ਉਨਾ ਹੀ ਗਰੀਬ ਹੈ ਸਰ ਅਸੀਂ ਕੱਲ੍ਹ ਜਿਹੜੇ ਪ੍ਰੋਗਰਾਮ ਵਿੱਚ ਬੈਠੇ ਸੀਗੇ ਉਹਦੇ ਵਿੱਚ ਵੀ ਅਸੀਂ ਇਹੀ ਗੱਲ ਹੈਪੀਨੈਸ ਦੀ ਜਦੋਂ ਗੱਲ ਕਰਦੇ ਪਏ ਸੀਗੇ ਕਿ ਗਰੀਬ ਤਾਂ ਉੱਥੇ ਨਾ ਉੱਥੇ ਖੜਾ ਹੈਗਾ ਸਰ ਗਰੀਬ ਉੱਥੇ ਖੜਾ ਹੈਗਾ ਹੁਣ ਅੱਜ ਉਹਨੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਉਣੀ ਸ਼ੁਰੂ ਕਰਤੀ ਹੈ ਹੈ ਸਰਕਾਰ ਦੇ ਬੈਂਕਸ ਦਾ ਟੋਟਲ ਫੇਲੀਅਰ ਸੀਗਾ ਇਹਦੇ ਵਿੱਚ ਜੇ ਤੁਸੀਂ ਅਗਰ ਕਹਿੰਦੇ ਹੋ ਕਿ ਹਾਂ ਬਈ ਐਨਪੀਏ ਤੇ ਇਫੈਕਟ ਹੈ ਸਰ ਐਨਪੀਐਸ ਸਰਕਾਰ ਦਾ ਇਫੈਕਟ ਸਰ ਐਨਪੀਏ ਚਲੋ ਆਪਾਂ ਇਹ ਨਹੀਂ ਸਹੀ ਟਾਈਮ ਹੈਗਾ ਐਨਪੀਏ ਤੇ ਗੱਲ ਕਰਨ ਦਾ ਸਰਕਾਰ ਨੇ ਬੈਂਕਸ ਦੇ ਥਰੂ ਹੀ ਪੈਸਾ ਆਉਣਾ ਸੀਗਾ ਔਰ ਬੈਂਕਸ ਦੇ ਥਰੂ ਹੀ ਪੈਸਾ ਗਿਆ 99.3% ਜਿਹੜੀ ਕਰੰਸੀ ਜਿਹੜੀ ਆਈ ਹੈਗੀ ਉਹ ਬੈਂਕਸ ਦੇ ਥਰੂ ਹੀ ਆਈ ਹੈਗੀ ਹੈ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਸਰਕਾਰ ਫੇਲ ਹੋਈ ਹੈ ਸਰਕਾਰ ਕਿੱਦਾਂ ਫੇਲ ਹੋਈ ਕਿਉਂਕਿ ਬੈਂਕ ਫੇਲ ਹੋਏ ਹੈ ਬੈਂਕ ਕਿਹਦੇ ਅਦਾਰੇ ਹੈਗੇ ਆ ਕਿਹੜੇ ਕੰਟਰੋਲ ਦੇ ਅੰਦਰ ਆਉਂਦੇ ਹੈਗੇ ਸਰਕਾਰ ਦੇ ਅੰਦਰ ਆਉਂਦੇ ਹੈਗੇ ਸਰਕਾਰ ਆਪਣੀ ਰਿਸਪੋਂਸੀਬਿਲਟੀ ਕਿਉਂ ਨਹੀਂ ਮੰਨਦੀ ਪਈ ਮੈਨੂੰ ਇਹ ਸਮਝ ਨਹੀਂ ਆ ਰਿਹਾ ਹੈਗਾ ਠੀਕ ਹੈ ਮੈਂ ਇਸੇ ਸਵਾਲ 'ਤੇ ਆ ਰਿਹਾ ਮਿੱਤਲ ਸਾਹਿਬ ਤੁਸੀਂ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ ਪਏ ਜ਼ਿੰਮੇਵਾਰੀ ਅਸੀਂ ਨੋਟਬੰਦੀ ਦੀ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੈ ਨੋਟਬੰਦੀ ਦੀ ਜ਼ਿੰਮੇਵਾਰੀ ਤੋਂ ਸਰਕਾਰ ਕਦੋਂ ਭੱਜ ਰਹੀ ਹੈ ਜਦੋਂ RBI ਦੇ ਸਾਬਕਾ ਗਵਰਨਰ ਕਹੇ ਵੀ ਇਹ ਫੈਸਲਾ ਸਹੀ ਨਹੀਂ ਹੈਗਾ ਸੀਗਾ ਫਿਰ ਕੀ ਕਹੋਗੇ ਨਹੀਂ ਡਿਫਰੈਂਟ ਪਰਸੈਪਸ਼ਨਸ ਨੇ ਦੇਖੋ ਤੁਹਾਨੂੰ ਇਸ ਗੱਲ ਨੂੰ ਮੰਨਣਾ ਪਏਗਾ ਕਿ ਇਹ ਨੋਟਬੰਦੀ ਤੋਂ ਬਾਅਦ ਸਰਕਾਰ ਦਾ ਜਿਹੜੀ ਕਰੰਸੀ ਹੈ ਜਿਹੜਾ 1-3 ਲੱਖ ਕਰੋੜ ਰੁਪਈਏ ਦਾ ਇੱਕ
पैरेलल कैश इकोनॉमी चलती सी वो इकोनॉमी जिहड़ी है वो बैंक्स दे विच आई है डिजिटल इनकम जिहड़ी है सर देखो जो ग्लोबल फाइनेंशियल क्राइसिस आया सी 2006-07 दे विच ये जिहड़ी पैरेलल इकोनॉमी सी 35% जिहड़ी सी साडी 30-35 सी इन्हें बचाया सी और सरकार ने 8 नवंबर नू पीएम साहब ने इस इकोनॉमी नू खत्म करने की कोशिश की ਸਾਨੂੰ ਪਤਾ ਹੈ ਕਿ ਜਿਹੜੇ ਘਰਾਂ ਦੇ ਵਿੱਚ ਜਿਹੜੇ ਪੈਸੇ ਪਏ ਆ ਹੁਣ 100, 500, 1000, 200, 2000 ਜਿੰਨੇ ਵੀ ਪਏ ਹੁੰਦੇ ਜਿਹੜੇ ਅਸੀਂ ਬਚਾ ਕੇ ਰੱਖਦੇ ਜੇ ਉਹੀ ਬਲੈਕ ਮਨੀ ਹੋ ਗਈ ਤਾਂ ਸਰ ਮੈਂ ਗੱਲ ਪੂਰੀ ਕਰਦੇ ਮੇਰੀ ਗੱਲ ਘਰ ਚ ਕੱਟ ਦਿੱਤੀ ਨਾ ਉਹਨਾਂ ਨੇ ਕਰ ਲੋ ਦੇਖੋ ਨਾ ਤਾਂ ਕਿਸੇ ਨੇ ਜਿਹੜੇ ਘਰ ਚ ਪੈਸੇ ਪਏ ਸੀ ਉਹਨੂੰ ਬਲੈਕ ਮਨੀ ਕਿਹਾ ਸਰਕਾਰ ਨੇ ਉਹਨਾਂ ਨੇ ਸਿਰਫ ਇਹ ਕਿਹਾ ਕਿ ਤੁਸੀਂ ਜਿਹੜਾ ਤੁਹਾਡੇ ਕੋਲ ਕੈਸ਼ ਹੈਗਾ ਉਹ ਇੰਨੇ ਦਿਨਾਂ ਇਹਦੇ ਚ ਜਮ੍ਹਾਂ ਕਰਵਾ ਸਕਦੇ ਹੋ ਉਹ ਅਕਾਊਂਟ ਫੋਰ ਹੋਣੇ ਚਾਹੀਦੇ ਆ ਔਰ ਉਹਦਾ ਡਿਟੇਲ ਆਣੀ ਚਾਹੀਦੀ ਹੈ ਜਿਹੜੀਆਂ ਗ੍ਰਹਿਣੀਆਂ ਦੀ ਵੀ ਗੱਲ ਪਹਿਲੇ ਭੈਣ ਜੀ ਨੇ ਕੀਤੀ ਸੀਗੀ ਉਹ ਜਿਹੜੀ ਗ੍ਰਹਿਣੀਆਂ ਦੀ ਗੱਲ ਸੀ ਉਹ ਵੀ ਸਰਕਾਰ ਨੇ ਐਗਜ਼ੰਪਟ ਕੀਤੀ ਕਿ ਕਿਉਂਕਿ ਇਹ ਲੌਂਗ ਟਾਈਮ ਲੰਬੇ ਸਮੇਂ ਤੋਂ ਜਿਹੜੀ ਇੱਕ ਆਪਣੇ ਕੋਲ ਕਲੈਕਸ਼ਨ ਕੀਤੀ ਜਾਂਦੀ ਉਹਨੂੰ ਐਗਜ਼ੰਪਟ ਤੀਸਰੀ ਗੱਲ ਇਹਨਾਂ ਨੇ ਕਿਹਾ ਕਿ ਜੀ ਇਕਨੋਮੀ ਸ਼ਟਰ ਹੋ ਗਈ ਮੈਂ ਦੱਸਣਾ ਚਾਹੁੰਦਾ 8.2% ਇਹ ਡਾਟੇ ਮੇਰੇ ਨਹੀਂ ਹੈ ਓਫੀਸ਼ੀਅਲ ਡਾਟੇ ਹੈ 8.2% ਤੇ ਇਕਨੋਮੀ ਖੜੀ ਸੀ ਨੋਟਬੰਦੀ ਤੋਂ ਪਹਿਲੇ ਔਰ 8.2% ਤੇ ਜੂਨ 2018 ਦਾ ਕੁਆਟਰ ਜਦੋਂ ਖਤਮ ਹੋਇਆ ਇਕਨੋਮੀ ਅੱਜ ਵੀ ਖੜੀ ਹੈ ਦੂਸਰੀ ਗੱਲ ਔਰ ਦੁਨੀਆ ਦੀ 6ਵੀਂ ਲਾਰਜੈਸਟ ਇਕਨੋਮੀ ਇੰਡੀਆ ਪਿਛਲੇ ਇਸ ਸਾਲ ਡਿਕਲੇਅਰ ਹੋਈ ਹੈ 9ਵੇਂ ਤੋਂ 6ਵੇਂ ਨੰਬਰ ਤੇ ਅਸੀਂ ਰਾਈਜ਼ ਕੀਤਾ ਅਸੀਂ ਪੋਜੀਸ਼ਨ ਅਸੀਂ ਪੋਜੀਸ਼ਨ 7ਵੀਂ ਸਭ ਤੋਂ ਵੱਡੀ ਅਰਥਵਿਵਸਥਾ 9ਵੀਂ ਤੋਂ ਵੱਡੀ ਅਰਥਵਿਵਸਥਾ ਨਹੀਂ ਅਸੀਂ ਪਹਿਲੇ 9ਵੇਂ ਤੇ ਖੜੇ ਸੀ ਲਾਈਨਾਂ ਵਿੱਚ ਖੜੇ ਸੀ ਅਸੀਂ ਇਸ ਸਾਲ 6ਵੇਂ ਤੇ ਆਏ ਹਾਂ ਅਸੀਂ ਇਨਕਰੀਜ਼ ਕੀਤਾ ਔਰ ਇੱਕ ਸੈਕਿੰਡ ਔਰ ਤੀਸਰੀ ਗੱਲ ਇਹ ਵੀ ਨਾਲ ਜਿਹੜਾ ਵਰਲਡ ਬੈਂਕ ਦਾ ਡਾਟਾ ਹੈ ਉਹ ਕਹਿੰਦੇ ਜਿਸ ਤਰੀਕੇ ਦੇ ਨਾਲ ਇੰਡੀਆ ਪ੍ਰੋਗਰੈਸ ਕਰਦਾ ਹੈ ਜੇ ਇਹ ਚੱਲਦਾ ਰਿਹਾ ਤਾਂ 2025 ਤੱਕ ਦੁਨੀਆ ਦੀ ਲਾਰਜੈਸਟ ਇਕਨੋਮੀ ਹੋਏਗੀ ਸੋ ਇਹ ਕਹਿਣਾ ਕਿ ਇਸ ਕਰਕੇ ਇਹ ਨੋਟਬੰਦੀ ਕਰਕੇ ਹੋ ਰਹੀ ਹੈ ਨੋਟਬੰਦੀ ਕਰਕੇ ਨਹੀਂ ਹੋ ਰਹੀ ਇਹ ਇੰਡੀਆ ਦੀ ਗਰੋਥ ਦੀ ਮੈਂ ਗੱਲ ਕਰ ਰਿਹਾ ਤੁਹਾਨੂੰ ਇਕਨੋਮੀ ਦੀ ਗਰੋਥ ਦੀ ਨੋਟਬੰਦੀ ਦਾ ਕੋਈ ਅਸਰ ਨਹੀਂ ਹੋਇਆ ਗਰੋਥ ਤੇ ਨੋਟਬੰਦੀ ਕਰਕੇ ਮੇਰਾ ਸਵਾਲ ਉੱਥੇ ਰੁਕਿਆ ਮੈਂ ਪੁੱਛੀ ਜਾਊਂਗਾ ਬਾਰ ਬਾਰ ਇਸੇ ਗੱਲ ਦਾ ਜਵਾਬ ਦੇਣ ਲੱਗਿਆ ਨੋਟਬੰਦੀ ਕਰਕੇ ਜ਼ਰੂਰ ਇੱਕ ਵਾਰੀ ਇਕਨੋਮੀ ਡਾਊਨ ਆਈ ਸੀ ਲੇਕਿਨ ਦੁਬਾਰਾ ਰਿਵਾਈਵ ਹੋ ਕੇ ਇਕਨੋਮੀ 2 ਸਾਲਾਂ ਦੇ ਅੰਦਰ ਗਰੋਥ ਨੋਟਬੰਦੀ ਕਰਕੇ ਨਹੀਂ ਹੋਈ 2 ਸਾਲਾਂ ਦੇ ਅੰਦਰ ਪਰ 2 ਸਾਲਾਂ ਦੇ ਅੰਦਰ ਮਿੱਤਲ ਸਾਹਿਬ ਮੇਰੇ ਸਵਾਲ ਦਾ ਜਵਾਬ ਕਿਉਂ ਨਹੀਂ ਦਿੰਦੇ ਤੁਸੀਂ ਪਰ ਗਰੋਥ ਨੋਟਬੰਦੀ ਕਰਕੇ ਨਹੀਂ ਹੋ ਰਹੀ ਨੋਟਬੰਦੀ ਕਰਕੇ ਗਰੋਥ ਨਹੀਂ ਹੋ ਰਹੀ ਮੈਂ ਤਾਂ ਨਹੀਂ ਕਿਹਾ ਮੈਂ ਨਹੀਂ ਕਿਹਾ ਨਹੀਂ ਬਿਲਕੁਲ ਨਹੀਂ ਮੈਂ ਇਹ ਗੱਲ ਕਹੀ ਹੈ ਦੇਖੋ ਮੇਰੀ ਗੱਲ ਨੂੰ ਮਾਨਸ਼ੂ ਜੀ ਕੱਟੋ ਨਾ ਮੈਂ ਕਿਸੇ ਦੀ ਗੱਲ ਨਹੀਂ ਕੱਟਦਾ ਕੱਟੋ ਨਾ ਮਿੱਤਲ ਸਾਹਿਬ ਦੇਖੋ 2016 ਸੁਣੋ ਨਾ ਗੱਲ ਨੂੰ 2016 ਚ ਨੋਟਬੰਦੀ ਹੋਈ ਉਸ ਤੋਂ ਬਾਅਦ ਗਰੋਥ ਡਾਊਨ ਆਈ ਨੋ ਡਿਸਪਿਊਟ ਮੈਂ ਇਸ ਗੱਲ ਨੂੰ ਮੁਨਕਰ ਨਹੀਂ ਹੈ 5.6% ਤੇ ਇਕਨੋਮੀ ਦੀ ਗਰੋਥ ਆ ਗਈ ਸੀ ਲੇਕਿਨ ਜੂਨ 2018 ਦੇ ਵਿੱਚ ਜਦੋਂ ਇਕਨੋਮੀ ਦਾ ਕੁਆਟਰ ਜਦੋਂ ਖਤਮ ਹੈ ਦੁਬਾਰਾ 8.2% ਤੇ ਪਹੁੰਚ ਗਈ ਮੈਂ ਕਹਿ ਰਿਹਾ ਕਿ ਸਰਕਾਰ ਦੀ ਪਾਲਿਸੀ ਨੇ ਜਿਹੜਾ ਡਾਊਨ ਆਇਆ ਸੀ ਉਹਨੂੰ ਦੁਬਾਰਾ ਰਿਵਾਈਵ ਮੈਨੂੰ ਕਰੈਕਟ ਕਰਨਾ ਚਾਹੁੰਦਾ ਸਰ ਇਹ ਕਹਿ ਰਹੇ ਸੀ ਜਦੋਂ ਨੋਟਬੰਦੀ ਤੋਂ ਪਹਿਲਾਂ ਜਿਹੜੀ ਗਰੋਥ ਰੇਟ ਸੀ ਉਹ 8.2 ਸੀ ਤੁਸੀਂ ਉਹਦਾ ਬੇਸ ਦੇਖੋ 2015 ਬੇਸ ਸੀਗਾ ਠੀਕ ਹੈ ਹੁਣ ਦਾ ਜਿਹੜਾ ਬੇਸ ਹੈ 2018 ਜਿਹੜਾ ਬੇਸ ਹੈ ਉਹ 2017 ਵਾਲਾ ਬੇਸ ਹੈਗਾ ਤੁਸੀਂ ਹੁਣ ਕਹੋਗੇ ਕਿ 90 ਰੁਪਏ ਤੇ ਸਾਡੇ 98 ਰੁਪਏ ਹੋ ਗਏ ਤੇ 8% ਹੈ ਠੀਕ ਹੈ ਨਾ ਹੁਣ ਜੇ ਤੁਹਾਡੇ 100 ਤੇ 8 ਹੁੰਦੇ ਆ ਦੈਟ ਇਜ਼ 108% ਸਰ ਫਰਕ ਹੈਗਾ ਸਰ ਦੋਨਾਂ ਦੇ ਵਿੱਚ ਤੁਸੀਂ ਇਦਾਂ ਨਹੀਂ ਕਹਿ ਸਕਦੇ ਹੈਗੇ ਸਰ ਇਕਨੋਮੀ ਡਾਊਨ ਹੈ ਹਜੇ ਵੀ ਡਾਊਨ ਹੈ ਸਰ ਤੁਸੀਂ ਮੰਨਦੇ ਨਹੀਂ ਪਏ ਸਰ ਇਸ ਗੱਲ ਨੂੰ ਠੀਕ ਹੈ ਮੈਂ ਤਾਂ ਆਫੀਸ਼ੀਅਲ ਡਾਟੇ ਦੀ ਗੱਲ ਕਰਦਾ ਮੈਂ ਸਰ ਜਿਹੜਾ ਬੈਂਕ ਦਾ ਡਾਟਾ ਸਾਰੇ ਉਹਦੀ ਗੱਲ ਕਰਦਾ ਸਰ ਮੈਂ ਆਫੀਸ਼ੀਅਲੀ ਪ੍ਰੂਫ ਕਰ ਰਿਹਾ ਨਹੀਂ ਸਮਝਣਾ ਤਾਂ ਤੁਸੀਂ ਤਾਂ ਕ੍ਰਿਟਿਸਾਈਜ਼ ਹੀ ਕਰਨਾ 108 ਤੇ 10 ਦਾ ਫਰਕ ਹੈ ਤੁਸੀਂ ਤਾਂ ਕ੍ਰਿਟਿਸਾਈਜ਼ ਕਰਨਾ ਮੈਂ ਤੁਹਾਡੀ ਗੱਲ ਨੂੰ ਤੁਹਾਨੂੰ ਸੈਟੀਸਫਾਈ ਨਹੀਂ ਕਰ ਸਕਦਾ ਮੈਂ ਤੁਹਾਨੂੰ ਸੈਟੀਸਫਾਈ ਨਹੀਂ ਕਰ ਸਕਦਾ ਰਜੀਤਾ ਮਹਿਤਾ ਤੁਸੀਂ ਆਰਗਨਾਈਜ਼ ਸਕੈਮ ਕਿਉਂ ਕਹਤਾ ਇਹਨੂੰ ਸਰ ਨੁਕਸਾਨ ਹੋਇਆ ਚਲੋ ਮੁਲਕ ਨੂੰ ਨੁਕਸਾਨ ਹੋਇਆ ਨੋਟਬੰਦੀ ਦਾ ਫੈਸਲਾ ਗਲਤ ਸੀਗਾ ਤੁਸੀਂ ਸਾਰੇ ਗੱਲ ਕਹਿ ਰਹੇ ਹੋ ਠੀਕ ਹੈ ਉਹ ਜਸ਼ਨ ਮਨਾ ਕੇ ਰਾਜੀ ਨਹੀਂ ਤੁਸੀਂ ਇਹਨੂੰ ਬਲੈਕ ਮੈਂ ਨਹੀਂ ਕਿਹਾ ਗਲਤ ਸੀ ਨਹੀਂ ਤੁਸੀਂ ਨਹੀਂ ਕਹਿ ਰਹੇ ਤੁਸੀਂ ਨਹੀਂ ਕਹਿ ਰਹੇ ਤੁਸੀਂ ਤਾਂ ਕਹਿ ਵੀ ਨਹੀਂ ਸਕਦੇ ਤੁਸੀਂ ਇਹਨੂੰ ਬਲੈਕ ਡੇ ਮਨਾਇਆ ਇਹਨਾਂ ਨੇ ਐਂਟੀ ਬਲੈਕ ਡੇ ਮਨਾਇਆ ਮੇਰਾ ਸਵਾਲ ਹੈ ਰਣਜੀਤਾ ਮਹਿਤਾ ਜਿਹੜਾ ਦਰਸ਼ਕ ਸਾਹਮਣੇ ਬੈਠਾ ਤੁਹਾਡੀ ਸਿਆਸਤ ਦੇ ਵਿੱਚ ਉਹਨੂੰ ਕੀ ਸਮਝ ਆਵੇਗਾ ਮੈਂ ਇਹੀ ਤਾਂ ਲੋਕ ਆਮ ਜਨਤਾ ਜਿਹੜੀ ਹੈਗੀ ਹੈ ਅੱਜ ਰੋ ਰਹੀ ਹੈ ਜਿੰਨੇ ਵੀ ਕਾਰੋਬਾਰ ਸੀ ਉਹ ਬੰਦ ਹੋ ਗਏ ਜਿੰਨੇ ਵੱਡੇ ਘਰਾਂਦੇ ਸੀ ਕਾਰੋਬਾਰ ਦੇ ਉਦਯੋਗਪਤੀ ਸੀ ਉਹਨਾਂ ਦੇ ਉੱਥੇ ਸੁਣਨਾ ਪਿਆ ਹੋਇਆ ਅੱਜ ਜਾ ਕੇ ਹਾਲ ਤਾਂ ਦੇਖੋ ਅਨਇੰਪਲਾਇਮੈਂਟ ਕਿਸੇ ਪਿੰਡ 'ਚ ਕਿਸੇ ਗਾਂਵ 'ਚ ਚਲੇ ਜਾਓ ਜਿਨ੍ਹਾਂ ਦੇ ਇੱਕ ਇੱਕ ਦੋ ਦੋ ਬੱਚਾ ਵੀ ਕੰਮ 'ਤੇ ਲੱਗਿਆ ਹੋਇਆ ਸੀ ਸਾਰਿਆਂ ਨੇ ਫੈਕਟਰੀਆਂ ਤੋਂ ਉਹਨਾਂ ਨੂੰ ਕੱਢਤਾ ਫੈਕਟਰੀਆਂ ਬੰਦ ਹੋ ਗਈਆਂ ਨੇ ਪਰ ਜਿਹੜੀ ਬੀਜੇਪੀ ਗੌਰਮੈਂਟ ਹੈ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਜਿੰਨੇ ਵੀ ਬੜੇ ਘਰਾਣੇ ਸੀਗੇ ਉਹਨਾਂ ਨੇ ਜਿੰਨੇ ਵੀ ਅਗਰ 100 ਇੰਪਲਾਈ ਰੱਖਿਆ ਹੋਇਆ ਸੀ ਉਹਨਾਂ ਨੇ ਘਟਾ ਕੇ 20 ਤੇ 25 ਕਰਤੇ ਕਿਉਂਕਿ ਉਹ ਕਹਿੰਦੇ ਕਿ ਅਸੀਂ ਪੈਸਾ ਦੇ ਹੀ ਨਹੀਂ ਪਾ ਰਹੇ ਇਹ ਜਿਹੜਾ ਡਾਊਨਫਾਲ ਆਇਆ ਇਸ ਡਾਊਨਫਾਲ ਨੂੰ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਡਾਊਨਫਾਲ ਭਾਜਪਾ ਕਰਕੇ ਆਇਆ ਹੈ ਅੱਜ 500 ਤੋਂ ਲੈ 5000 ਤੋਂ ਲੈ ਕੇ 10000 ਦੇ ਨੋਟ ਜਿਹੜੇ ਲੋਕੀ ਬਦਲਾਂਗੇ ਦਿੱਲੀ ਦੇ ਵਿੱਚ ਐਡ
ਦੇ ਵਿੱਚ ਉਹਨਾਂ ਦੇ ਉਹ ਨੋਟ ਨਹੀਂ ਬਦਲੇ ਗਏ ਆਮ ਗਰੀਬ ਲੋਕ ਆਪਣੇ ਪਿੰਡਾਂ 'ਚ ਵਾਪਸ ਚਲੇ ਗਏ ਇਸ ਕਰਕੇ ਸਾਨੂੰ ਮਨਰੇਗਾ ਦਾ ਪੈਸਾ ਵੀ ਵਧਾਉਣਾ ਪਿਆ ਇਹ ਜਿਹੜੇ ਫੈਕਟਸ ਐਂਡ ਫਿਗਰਸ ਨੇ ਕਿ 50 ਦੇ ਨੋਟ ਅਤੇ 100 ਦੇ ਨੋਟ 2017-18 ਦੀ ਅਗਰ ਫਿਗਰ ਲੈ ਲਈਏ ਪਹਿਲੇ ਦੇ ਮੁਕਾਬਲੇ 35% ਤਾਂ 100 ਦੇ ਨੋਟ ਜਾਲੀ ਨੋਟ ਪਕੜੇ ਜਾ ਰਹੇ ਨੇ ਔਰ 50 ਦੇ ਨੋਟ 154% ਪਕੜੇ ਵਾਧਾ ਹੋਇਆ ਉਹਦੇ ਵਿੱਚ ਤਾਂ ਇਹਦੇ ਨਾਲ ਸਭ ਪਤਾ ਚੱਲਦਾ ਹੈਗਾ ਵੀ ਜਿਹੜੀ ਸਟ੍ਰੈਟਜੀ ਜਿਹਦੇ ਤਹਿਤ ਤੁਸੀਂ ਸਭ ਕੁਝ ਕੀਤਾ ਸੀਗਾ ਉਹ ਤੁਹਾਡੇ 'ਤੇ ਉਲਟੀ ਪੈ ਰਹੀ ਹੈ ਉਲਟਾ ਇੰਡਸਟਰੀ ਨੁਕਸਾਨ ਹੋਇਆ ਮੰਨ ਲਈ ਤੁਹਾਡੀ ਗੱਲ ਇੰਡਸਟਰੀ ਨੁਕਸਾਨ ਹੋਇਆ ਪਰ ਜਿਹੜੇ ਵੱਡੇ ਇੰਡਸਟਰੀਅਲਿਸਟ ਹੈ ਜਿਨ੍ਹਾਂ ਬਾਰੇ ਸਰਕਾਰ ਕਹਿੰਦੀ ਹੈ ਕਿ ਉਹਨਾਂ ਨੇ ਕਰਪਸ਼ਨ ਬਹੁਤ ਕੀਤੀ ਹੈ ਉਹ ਕਰਪਸ਼ਨ ਦਾ ਪੈਸਾ ਲੈ ਕੇ ਬੈਂਕਾਂ 'ਚ ਗਏ ਕਿ ਸਾਨੂੰ ਮਾਫ਼ ਕਰ ਦਿਓ ਜਾਂ ਜਿਹੜੀ ਟੈਕਸ ਵਾਲੀ ਗੱਲ ਸਰਕਾਰ ਨੇ ਕਹੀ ਸੀਗੀ ਕਿ ਟੈਕਸ ਸਾਨੂੰ ਵੱਧ ਆਜੂਗਾ ਉਹਨਾਂ ਤੋਂ ਉਹ ਮਾਫ਼ੀ ਮੰਗਣਗੇ ਇੰਨੀ ਰਿਬੇਟ ਦਿੱਤੀ ਜਾ ਰਹੀ ਹੈ ਇੰਨਾ ਜਿਹੜੀ ਛੋਟ ਦਿੱਤੀ ਜਾ ਰਹੀ ਹੈ ਉਸ ਦੇ ਵਿੱਚ ਕਾਲਾ ਧਨ ਬਾਹਰ ਆਇਆ ਕੀ ਹੈ ਸਰ ਕਾਲਾ ਧਨ ਤਾਂ ਕਿਤੋਂ ਆਇਆ ਹੀ ਨਹੀਂ ਕੋਈ ਹੈ ਹੀ ਨਹੀਂ ਸਿਰ ਪਾਰਟੀਆਂ ਨੇ ਜਮ੍ਹਾਂ ਕਰਾਇਆ ਬਾਕੀ ਦੱਸ ਦਿਓ ਕਿੱਥੋਂ ਪਕੜਿਆ ਗਿਆ ਪੈਸਾ ਤੁਸੀਂ ਇਹ ਕਹਿ ਰਹੇ ਪਾਰਟੀਆਂ ਕੋਲੇ ਕਾਲਾ ਧਨ ਬਾਹਰ ਹੈ ਹੀ ਨਹੀਂ ਸਰ ਕਿੱਥੇ ਆਇਆ ਮੈਨੂੰ ਦੱਸਣ ਇਹ ਕਰਕੇ ਸਾਰਾ ਤਾਂ ਬੈਂਕਾਂ ਜਾ ਕੇ ਡਾਟਾ ਕਿੱਥੋਂ ਪਾਰਟੀਆਂ ਦਾ ਤੁਸੀਂ ਕਿਸ ਬੇਸ ਤੇ ਕਹਿ ਰਹੇ ਹੋ ਸਰ ਵੀ ਪਾਰਟੀਆਂ ਨੇ ਜਮ੍ਹਾਂ ਕਰਾਇਆ ਕਾਂਗਰਸ ਨੇ ਕਿੰਨਾ ਕਰਾਇਆ ਸਰ ਸਾਰਿਆਂ ਨੇ ਚਲੋ ਇੱਕ ਮਿੰਟ ਰਮੇਸ਼ ਚਾਵਲਾ ਜਿਹੜਾ ਸਵਾਲ ਹੈਗਾ ਇੱਕ ਮਿੰਟ ਚਲੋ ਹਵਾ 'ਚ ਨਹੀਂ ਲਾਉਣੀ ਚਾਹੀਦੀ ਰਮੇਸ਼ ਚਾਵਲਾ ਤੁਹਾਨੂੰ ਇਹ ਸਵਾਲ ਇਹ ਕਰਨਾ ਚਾਹੀਦਾ ਸੀਗਾ ਸਿਆਸੀ ਪਾਰਟੀਆਂ ਆਰਟੀ ਦੇ ਦਾਇਰੇ 'ਚ ਕਿਉਂ ਨਹੀਂ ਆਉਂਦੀਆਂ ਗਿਆ ਅਸੀਂ ਇਹਨਾਂ ਤੋਂ ਪੁੱਛ ਚੁੱਕੀਏ ਇਹ ਸਵਾਲ ਕਰਨਾ ਚਾਹੀਦਾ ਸੀ ਤੁਹਾਨੂੰ ਮਿੱਤਰ ਸਾਹਿਬ ਇਹ ਸਵਾਲ ਠੀਕ ਹੈ ਕਾਂਗਰਸ ਦਾ ਸਪਸ਼ਟ ਹੈ ਜੀ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਇਹ ਭਾਜਪਾ ਵਾਲਿਆਂ ਨੂੰ ਪੁੱਛੋ ਅਮਿਤ ਸ਼ਾਹ ਜੀ ਨੂੰ ਪੁੱਛੋ ਕਿ ਕਿੰਨੇ 100 ਕਰੋੜ ਰੁਪਇਆ ਇਹਨਾਂ ਨੇ ਪਾਰਟੀ ਫੰਡ ਤੋਂ ਇਕੱਠਾ ਕੀਤਾ ਕਿੰਨੇ ਐਲੀਗੇਸ਼ਨ ਅਮਿਤ ਸ਼ਾਹ ਦੇ ਖੁਦ ਦੇ ਬੈਂਕ ਦੇ ਉੱਪਰ ਲੱਗੇ ਜਿਹੜੇ ਬੈਂਕ ਦੇ ਖੋਲੀ ਬੈਠੇ ਨੇ ਉਹਨਾਂ ਦੀ ਕੋਈ ਇਨਕੁਆਇਰੀ ਨਹੀਂ ਹੋ ਰਹੀ 20,000 ਕਰੋੜ ਰੁਪਇਆ ਇਹਨਾਂ ਦੀ ਗੱਡੀਆਂ ਦੀ ਡਿੱਕੀਆਂ 'ਚ ਪਕੜਾ ਗਿਆ ਉਹਦੀ ਕੋਈ ਇਨਕੁਆਇਰੀ ਨਹੀਂ ਹੋਈ ਸਿਰਫ ਔਰ ਸਿਰਫ 40% ਦੀ ਛੂਟ ਦੇ ਕੇ ਕਾਲਾ ਪੈਸਾ ਚਿੱਟਾ ਕਰਨ ਦਾ ਕੰਮ ਜੋ ਹੈ ਉਹ ਭਾਜਪਾ ਸਰਕਾਰ ਨੇ ਕੀਤਾ ਆਪਣੇ ਉਦਯੋਗਪਤੀਆਂ ਜਿਹਨੇ ਕਰਪਸ਼ਨ ਹੋ ਰਹੀ ਸੀਗੀ ਉਹ ਕਰਪਸ਼ਨ ਨੂੰ 40 ਗੁਣਾ ਜ਼ਿਆਦਾ ਵਧਾ ਦਿੱਤਾ ਜੀ ਤਾਂ ਮੈਂ ਤਾਂ ਠੀਕ ਹੈ ਤੁਹਾਡਾ ਸਵਾਲ ਆ ਗਿਆ ਅਰੁਣ ਮਿੱਤਲ ਸਾਹਿਬ ਮੈਂ ਬ੍ਰੇਕ ਲੈਣੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਕਾਲਾ ਧਨ ਆ ਜਿਹੜਾ ਉਹ ਹੈ ਹੀ ਨਹੀਂਗਾ ਆਪਾਂ ਮੰਨ ਲਈਏ ਨਹੀਂ ਹੈਗਾ ਕੱਲ ਮੈਂ ਪਹਿਲੇ ਦੱਸਿਆ ਤੁਹਾਨੂੰ ਕਿ 1,75,000 ਕਰੋੜ ਦੀ ਜਿਹੜੀ ਸਸਪੀਸ਼ੀਅਸ ਡਿਪੋਜ਼ਿਟਸ ਹੈ ਜਿਹੜੇ ਕਿ ਇਨਕਮ ਦੇ ਸੋਰਸਸ ਔਰ ਬਾਕੀ ਚੀਜ਼ਾਂ ਤੋਂ ਜ਼ਿਆਦਾ ਹੈ ਉਸਦੀਆਂ ਇਨਕਮ ਟੈਕਸ ਡਿਪਾਰਟਮੈਂਟ ਇਨਕੁਆਇਰੀਜ਼ ਕਰ ਰਿਹਾ ਹੈ ਕਿਆ ਤੁਹਾਡੇ ਕੋਲ ਇੰਨਾ ਸਟਾਫ ਹੈਗਾ ਕਿਆ ਤੁਹਾਡੇ ਕੋਲ ਇੰਨੇ ਇਨਕਮ ਟੈਕਸ ਬੰਦ ਕਰ ਦਈਏ ਇਨਕੁਆਇਰੀ ਨਹੀਂ ਇਨਕੁਆਇਰੀ ਬੰਦ ਕੀਤੀ ਬੰਦ ਕਰ ਦਈਏ ਤੇਲ ਹੋਊਗਾ ਕਾਂਗਰਸ ਇਹ ਚਾਹੁੰਦੀ ਹੈ ਵੀ ਬੰਦ ਕਰ ਦਈਏ ਇਨਕੁਆਇਰੀ 4 ਮਹੀਨਿਆਂ ਦੇ ਵਿੱਚ ਹੋਣੀ ਸਰਕਾਰ ਕਾਂਗਰਸ ਇਹ ਚਾਹੁੰਦੀ ਹੈ ਵੀ ਇਨਕੁਆਇਰੀ ਬੰਦ ਕਰ ਦਈਏ ਨਾ ਤੁਹਾਡੇ ਬੰਦੇ ਬਚ ਜਾਣਗੇ ਮਿੱਤਰ ਸਾਹਿਬ ਬੰਦੇ ਬਚ ਜਾਣਗੇ ਉਹਨਾਂ ਦਾ ਭੇਖੋ ਨਹੀਂ ਕਰਦੀ ਸਰਕਾਰ ਜਾਣ ਵਾਲੀ ਹੈ 4 ਮਹੀਨੇ ਬਾਅਦ ਅਬਦੁਲ ਕੋਲੇ ਆ ਕੇ ਬੰਦ ਹੀ ਕਰੋਗੇ ਨਾ ਇਹ ਆਹੀ ਤੁਸੀਂ ਰਣਜੀਤਾ ਮਹਿਤਾ ਤੁਸੀਂ ਤਾਂ ਭੇਖਾ ਨਹੀਂ ਕਰਤੀ ਸਰਕਾਰ ਜਾਣ ਵਾਲੀ ਹੈ ਇਨਕੁਆਇਰੀ ਤੁਸੀਂ ਕੰਟੀਨਿਊ ਕਰੋਗੇ ਬਿਲਕੁਲ ਜਾਣ ਵਾਲੀ ਹੈ ਤੁਸੀਂ ਦੱਸੋਗੇ ਵੀ ਨੋਟਬੰਦੀ ਵਿੱਚ ਕੀ ਹੋਇਆ ਬਿਲਕੁਲ ਜਾਣ ਵਾਲੀ ਹੈ ਇੱਕ ਜਨਤਾ ਇੱਕ ਆਮ ਆਦਮੀ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹੈ ਅੱਜ ਤੁਸੀਂ ਇੱਕ ਨੈਟ ਦੇ ਉੱਪਰ ਮੈਸੇਜ ਪਾ ਕੇ ਦੇਖ ਲਓ ਕਿ ਝੂਠ ਬੋਲਣ ਨਾਲ ਸਭ ਤੋਂ ਬੜਾ ਬੰਦਾ ਕੌਣ
ਫੇਕੂ ਬੰਦਾ ਕੌਣ? ਸਭ ਤੋਂ ਬੜੀ ਬੜੀ ਭ੍ਰਿਸ਼ਟਾਚਾਰ ਫਰਮ ਵਾਲਾ ਕੌਣ? ਨਿੱਜੀ ਹਮਲੇ ਨਾ ਕਰੀਏ, ਮੈਨੂੰ ਲੱਗਦਾ ਕੋਈ ਜਵਾਬ ਆਂਦਾ ਨਹੀਂ। ਜਨਤਾ ਮੈਂ ਤਾਂ ਨਹੀਂ, ਚੰਗਾ ਜਨਤਾ ਦਾ ਜਵਾਬ ਹੈ। ਆ ਜਨਤਾ ਪਿਆਰ ਦੇ ਵੀ ਹੈ, ਤੁਹਾਡੇ ਲੀਡਰ ਤੇ ਵੀ ਸਵਾਲ ਕਰਨਗੇ, ਉਹ ਵੀ ਗੂਗਲ ਤੇ ਆਉਂਦੇ ਪਏ ਆ। ਨਹੀਂ ਕਰਨਗੇ, ਸਾਨੂੰ ਇਹੋ ਜਿਹੀ ਟਿੱਪਣੀ ਨਹੀਂ ਕਰੀਏ। 2019 ਦੇ ਜਵਾਬ ਤੇ ਨੂੰ ਤਿਆਰ ਬੈਠੀ ਹੈ ਆਪਾਂ, ਨੋਟਬੰਦੀ ਤੇ ਰਹੀ ਹੈ। ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਨੋਟਬੰਦੀ ਤੋਂ ਬਾਅਦ ਮੁਲਕ ਦੀ ਅਸਲੀ ਤਸਵੀਰ ਕੀ ਤੁਹਾਨੂੰ ਦਿਖਦੀ ਪਈ ਹੈ? ਨੋਟਬੰਦੀ 2 ਸਾਲ ਕੀ ਹੈ ਪਰਦਾਲ, ਹਾਲਾਂਕਿ ਬਹੁਤ ਵਾਰੀ ਇਹ ਕਿਹਾ ਜਾਂਦਾ ਹੈ ਕਿ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਮਿਲ ਸਕਦੇ ਹੈਗੇ ਆ, ਪਰ ਜਿਹੜੇ ਅਰਥ ਸ਼ਾਸਤਰੀ ਇੱਥੇ ਬੈਠੇ ਹੈਗੇ ਆ ਜਾਂ ਅਰਥ ਸ਼ਾਸਤਰੀ ਜਿਹੜੇ ਬਾਹਰ ਗੱਲਾਂ ਕਰਦੇ ਹੈਗੇ ਜਾਂ ਆਰਬੀਆਈ ਦੇ ਸਾਬਕਾ ਗਵਰਨਰ ਗੱਲ ਕਰਦੇ ਹੈਗੇ ਆ ਜਾਂ ਸਾਬਕਾ ਪ੍ਰਧਾਨ ਮੰਤਰੀ ਗੱਲ ਕਰਦੇ ਹੈਗੇ ਆ, ਉਹਨਾਂ ਨੇ ਇਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹਾਲਾਤ ਬਦਲਣ ਵਾਲੇ ਨਹੀਂ। ਨੋਟਬੰਦੀ ਦਾ ਅਸਰ ਆ ਜਿਹੜਾ ਉਹ ਵਰ੍ਹਿਆਂ ਤੱਕ ਭਾਰਤ ਦੇ ਸਿਰ 'ਤੇ ਰਹੇਗਾ। ਅਸੀਂ ਇੱਕੋ ਸਵਾਲ ਪੁੱਛ ਰਹੇ, ਬ੍ਰੇਕ ਤੋਂ ਵਾਪਸ ਆ ਕੇ ਫਿਰ ਪੁੱਛਾਂਗੇ, ਨੋਟਬੰਦੀ ਦੇ 2 ਸਾਲ ਕੀ ਹੈ ਭਾਰਤ ਦਾ ਹਾਲ? ਨੋਟਬੰਦੀ 2 ਸਾਲ ਪੂਰੇ ਹੋਣ ਦਾ ਜਸ਼ਨ ਕਿਉਂ ਨਹੀਂ ਮਨਾਉਂਦੀ ਕੇਂਦਰ ਸਰਕਾਰ? ਹਿਮਾਂਸ਼ੂ ਰਾਮਪਾਲ ਜੀ, ਡਾਲਰ ਵਧਦਾ ਜਾ ਰਿਹਾ, ਰੁਪਇਆ ਡਿੱਗਦਾ ਜਾ ਰਿਹਾ, ਡੀਮੋਨੀਟਾਈਜੇਸ਼ਨ ਨਾਲ ਇਸ ਦਾ ਕੋਈ ਕੰਸਰਨ ਹੈ ਜਾਂ ਨਹੀਂ? ਸਰ, ਡੀਮੋਨੀਟਾਈਜੇਸ਼ਨ ਨਾਲ ਮੈਂ ਤਾਂ ਕਦੇ ਪੜ੍ਹਿਆ ਨਹੀਂ ਗਾ, ਪਰ ਮੈਂ ਜੋ ਸੋਚ ਰਿਹਾ ਹੈਗਾ ਇਸ ਚੀਜ਼ ਬਾਰੇ ਕਿ ਦੇਖੋ, ਜਿਹੜਾ ਪੈਸਾ ਬਾਹਰ ਜਾ ਰਿਹਾ ਹੈਗਾ, ਡਾਲਰ ਡਿਮਾਂਡ ਵੱਧ ਰਹੀ ਹੈ ਕਿਉਂਕਿ ਪੈਸਾ ਬਾਹਰ ਜਾ ਰਿਹਾ, ਕਿਉਂਕਿ ਜਿਹੜਾ ਫੋਰਨ ਇਨਵੈਸਟਰ ਹੈ ਸਰ, ਉਹਨੂੰ ਇੱਥੇ ਕੁਛ ਵਧੀਆ ਨਜ਼ਰ ਨਹੀਂ ਆ ਰਿਹਾ, ਇੱਥੇ ਉਹਨੂੰ ਗਰੋਥ ਨਜ਼ਰ ਨਹੀਂ ਆ ਰਹੀ, ਤਾਂ ਹੀ ਉਹ ਪੈਸਾ ਬਾਹਰ ਲੈ ਕੇ ਜਾ ਰਿਹਾ ਹੈਗਾ ਸਰ। ਸਭ ਤੋਂ ਵੱਡਾ ਰੀਜ਼ਨ ਇਹ ਹੈ। ਅਗਰ ਇਹ ਕਹਿੰਦੇ ਹੈਗੇ ਕਰੂਡ ਆਇਲ ਦੇ ਪ੍ਰਾਈਸਿਸ ਵੱਧ ਰਹੇ ਹੈਗੇ ਹੈ ਤਾਂ ਸਾਨੂੰ ਡਾਲਰ ਦੇ ਪ੍ਰਾਈਸ ਵੱਧ ਰਹੇ ਹੈਗੇ, ਇਹ ਬਿਲਕੁਲ ਗਲਤ ਗੱਲ ਕਹਿ ਰਹੇ ਹੈਗੇ। ਜੋ ਅਸਲੀ ਚੀਜ਼ ਹੈਗੀ ਹੈ, ਦੋ ਚੀਜ਼ਾਂ ਦੇ ਵਿੱਚ ਹੈਗਾ। ਇੱਕ ਤਾਂ ਫੋਰਨ ਇਨਵੈਸਟਰ ਦਾ ਜਿਹੜਾ ਹੈਗਾ ਉਹਨੂੰ ਇੱਥੇ ਫੇਥ ਨਹੀਂ ਰਿਹਾ ਹੈਗਾ। ਦੂਸਰਾ ਜਿਹੜਾ ਹੈਗਾ ਕਿ US ਦੇ ਫੈਡਰਲ ਬੈਂਕ ਨੇ ਜਿਹੜੇ ਆਪਣੇ ਰੇਟ ਆਫ ਇੰਟਰਸਟ ਵਧਾਏ ਹੈਗੇ ਹੈ ਸਰ, ਉਹਦੇ ਕਰਕੇ ਪੈਸਾ ਬਾਹਰ ਜਾ ਰਿਹਾ ਹੈਗਾ। ਠੀਕ ਹੈ, ਉਹਦੇ ਵਾਸਤੇ ਇਹਨਾਂ ਨੂੰ ਅਸੀਂ ਇਸ ਨਾਲ ਲਿੰਕ ਕਰਨਾ ਤੇ ਅਗਰ ਕੋਈ ਇਫੈਕਟ ਵੀ ਹੋਏਗਾ ਸਰ, ਬੜਾ ਮਾਰਜਨਲੀ ਹੋਏਗਾ। ਇੱਕ ਸਵਾਲ ਦਾ ਜਵਾਬ ਬੜਾ ਇਮਾਨਦਾਰ ਨਾਲ ਦਿਓ, ਇਹ ਸਰਕਾਰੀ ਫੈਸਲਾ ਸੀ ਨੋਟਬੰਦੀ ਦਾ ਜਾਂ ਰਿਜ਼ਰਵ ਬੈਂਕ ਦਾ ਫੈਸਲਾ ਸੀ? ਮੋਦੀ ਫੈਸਲਾ ਸੀ। ਮੈਨੂੰ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ, ਮੈਂ ਕੋਈ ਗਲਤ ਬਿਆਨੀ ਨਹੀਂ ਕਰਾਂਗਾ ਕਿ ਇਹ ਫੈਸਲਾ ਕਿਸ ਲੈਵਲ ਤੇ ਹੋਇਆ। ਚਲੋ, ਲੇਕਿਨ ਸਰਕਾਰ ਦਾ ਫੈਸਲਾ ਸੀ। ਰਾਜਨ ਜੀ ਇਹ ਗੱਲ ਕਹਿੰਦੇ ਆ ਕਿ ਆਰਬੀਆਈ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਮੈਨੂੰ ਨਹੀਂ ਲੱਗਦਾ ਕਿ ਐਸੀ ਕੋਈ ਗੱਲ ਹੋ ਸਕਦੀ ਹੈ, ਕੋਈ ਸਟੇਟਮੈਂਟ ਦੇ ਕੋਈ ਕਿਆ ਮੋਟਿਵਸ ਹੈ, ਕਿਆ ਪਰਪਸ ਹੈ, ਮੈਨੂੰ ਨਹੀਂ ਪਤਾ। ਲੇਕਿਨ ਮੈਂ ਨਹੀਂ ਸਮਝਦਾ ਕਿ ਐਸਾ ਹੋਏਗਾ ਕਿ ਆਰਬੀਆਈ ਨੂੰ ਪਤਾ ਨਾ ਹੋਵੇ ਜਾਂ ਆਰਬੀਆਈ ਦਾ ਗਵਰਨਰ ਕਹੇ ਕਿ ਸਾਡੇ ਨਾਲ ਕੋਈ ਸਲਾਹ ਨਹੀਂ ਕੀਤੀ, ਕਿਉਂਕਿ ਮੈਨੂੰ ਯਾਦ ਹੈ ਕਿ 2016 ਦੇ ਵਿੱਚ ਹੀ ਪਹਿਲੇ ਇੱਕ ਵਾਰੀ ਟਾਈਮ ਫਿਕਸ ਕੀਤਾ ਗਿਆ ਸੀਗਾ ਕਿ ਜੇ ਕਿਸੇ ਨੇ ਆਪਣੇ ਕੋਈ ਇਨਕਮ ਜਾਂ ਕੁਛ ਡਿਕਲੇਅਰ ਕਰਨਾ ਤਾਂ ਉਹ ਕੀਤਾ ਜਾਵੇ, ਔਰ ਉਹ ਗਵਰਨਮੈਂਟ ਵੱਲੋਂ ਕੀਤਾ ਗਿਆ ਸੀ। ਆਰਬੀਆਈ ਦੇ ਇਕੋਨੋਮਿਸਟ ਬੈਠੇ ਆ, ਆਰਬੀਆਈ ਦੇ ਲੋਕ ਬੜੇ ਬੜੇ ਇਕੋਨੋਮਿਸਟ ਹੈ, ਦੇ ਆਲ ਅੰਡਰਸਟੈਂਡ, ਉਹਨਾਂ ਨੂੰ ਸਭ ਪਤਾ ਕਿ ਵੀ ਜਿਹੜੇ ਫੈਸਲੇ ਕਿਸ ਤਰੀਕੇ ਦੇ ਨਾਲ ਹੁੰਦੇ ਹੈ। ਸੋ ਮੇਰਾ ਨਹੀਂ ਖਿਆਲ ਕਿ ਜਿਹੜਾ ਆਰਬੀਆਈ ਦੇ ਗਵਰਨਰ ਦਾ ਬਿਆਨ ਹੈ ਉਹਦਾ ਕੋਈ ਕਿਆ ਮਕਸਦ ਹੈ ਪਿੱਛੇ, ਆਈ ਡੋਂਟ ਨੋ। ਪਰ ਇਹ ਕਹਿਣਾ ਕਿ ਵੀ ਸਾਡੇ ਨਾਲ ਡਿਸਕਸ ਨਹੀਂ ਹੋਇਆ, ਸਾਨੂੰ ਪਤਾ ਨਹੀਂ ਸੀ, ਆਈ ਥਿੰਕ ਦਿਸ ਇਜ਼ ਰੋਂਗ। ਨਿਤਾ ਮਹਿਤਾ ਜੀ, ਸਾਰੇ ਠੀਕ ਹੈ, ਗਵਰਨਰ ਸਾਹਿਬ ਵੀ ਝੂਠ ਬੋਲਦੇ ਹੈ, ਸਾਰੇ ਜਨਤਾ ਵੀ ਦੁਖੀ ਉੱਤੇ ਝੂਠ ਬੋਲਦੀ ਹੈ, ਕੱਲੇ ਮੋਦੀ ਜੀ ਸੱਚ ਬੋਲਦੇ ਨੇ ਅਤੇ ਬੀਜੇਪੀ ਦੇ ਪ੍ਰਵਕਤਾ ਸੱਚ ਬੋਲਦੇ ਨੇ। ਤੁਸੀਂ ਇਹ ਦੇਖੋ ਕਿ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਤੁਸੀਂ ਜ਼ੋਰ ਜ਼ੋਰ ਕੇ ਬੋਲੋ, ਵਾਰ ਵਾਰ ਬੋਲੋ ਔਰ ਝੂਠ ਬੋਲੋ, ਔਰ ਇੰਨੀ ਜ਼ੋਰ ਕੇ ਬੋਲੋ ਕਿ ਝੂਠ ਸੱਚ 'ਚ ਬਦਲ ਜਾਵੇ। ਅੱਜ ਇਹਨਾਂ ਦੇ ਚਿਲਾਨ ਨਾਲ, ਅੱਜ ਇਹਨਾਂ ਦੇ ਚਿਲਾਨ ਨਾਲ, ਇਹਨਾਂ ਦੇ ਉੱਚੀ ਉੱਚੀ ਬੋਲਣ ਨਾਲ, ਮਿੱਤਲ ਸਾਹਿਬ ਜਦੋਂ ਤੁਸੀਂ ਬੋਲਦੇ ਹੋ ਮੈਂ ਨਹੀਂ ਬੋਲਦੀ, ਤਾਂ ਡੈਕੋਰਮ ਮੇਨਟੇਨ ਕਰੋ। ਜਦੋਂ ਮੈਂ ਬੋਲਦੀ ਹਾਂ ਤਾਂ ਸੁਣਨ ਦਾ ਮਾਦਾ ਵੀ ਰੱਖੋ, ਤਾਂ ਸੁਣਨ ਦਾ ਮਾਦਾ ਵੀ ਰੱਖੋ। ਤੁਸੀਂ ਗਲਤ ਇਲਜ਼ਾਮ ਲਗਾਓਗੇ ਤਾਂ ਮੈਂ ਐਕਸੈਪਟ ਨਹੀਂ ਕਰੂੰਗਾ। ਤੁਸੀਂ ਬੋਲ ਰਹੇ ਹੋ, ਸੱਚ ਬੋਲ ਰਹੇ ਹੋ, ਉਹ ਠੀਕ ਬੋਲ ਰਹੇ ਹੋ, ਤੁਸੀਂ ਆਪਣੀ ਗੱਲ ਕਰੋ, ਸਾਡੀ ਗੱਲ ਨਾ ਕਰੋ। ਉਹਨਾਂ ਨੇ ਜੀ ਤਾਂ ਮਹਿਤਾ, ਉਹਨਾਂ ਨੇ ਉਹ ਸਵਾਲ ਤੋਂ ਹੀ ਆਪਦੇ ਆਪ ਨੂੰ ਪਾਸੇ ਕਰ ਲਿਆ ਕਿ ਮੈਨੂੰ ਪਤਾ ਹੀ ਨਹੀਂ ਫੈਸਲਾ ਕਿੰਦਾ ਸੀ। ਮੈਂ ਤੁਹਾਨੂੰ ਇਹੀ ਤਾਂ ਦੱਸ ਰਹੀ ਹਾਂ ਕਿ ਆਰਬੀਆਈ ਦੇ ਗਵਰਨਰ ਇਹ ਕਹਿ ਰਹੇ ਹੈਗੇ ਨੇ ਕਿ ਸਾਡੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ, ਪੂਰੀ ਪਾਰਲੀਮੈਂਟ ਕਹਿ ਰਹੀ ਹੈ ਕਿ ਸਾਡੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਮੋਦੀ ਜੀ ਨੂੰ ਇੱਕ ਰਾਤ ਪਹਿਲਾ ਸਪਨਾ ਆਇਆ ਔਰ ਮੋਦੀ ਜੀ ਨੇ ਅਗਲੇ ਦਿਨ ਉੱਠ ਕੇ ਅਨਾਊਂਸਮੈਂਟ ਕਰਤੀ ਬਿਨਾਂ ਕਿਸੇ ਹੋਮਵਰਕ ਤੋਂ, ਬਿਨਾਂ ਕਿਸੇ ਤਿਆਰੀ ਤੋਂ। ਜੇ ਇਹਨਾਂ ਦੀ ਹੋਮਵਰਕ ਹੁੰਦਾ ਤਾਂ ਤਿਆਰੀ ਬਿਨਾਂ ਮਤਲਬ ਦੀਆਂ ਗੱਲਾਂ, ਇਹ ਸਫਰ ਨਾ ਹੁੰਦਾ ਆਮ ਬਿਨਾਂ ਮਤਲਬ ਦੀਆਂ ਗੱਲਾਂ। ਲੋਕ ਜਿਹੜੇ ਮਰੇ ਉਹਦਾ ਜ਼ਿੰਮੇਦਾਰ ਸਿਰਫ ਉਹ ਸਿਰਫ ਭਾਜਪਾ ਪਾਰਟੀ, ਬਿਨਾਂ ਮਤਲਬ ਦੀਆਂ ਗੱਲਾਂ। ਇਹ ਤਾਂ ਪੋਲੀਟੀਕਲ ਲਾਈਨ ਹੋ ਗਈ, ਸੁਪਨਾ ਆਇਆ, ਤੁਸੀਂ ਸੁਪਨੇ ਦੇਖ ਰਹੇ ਹੋ ਭਾਰਤ ਦੇ ਪ੍ਰਧਾਨ ਮੰਤਰੀ ਦੇ, ਕੀ ਸੁਪਨੇ ਲੈ ਰਹੇ ਹੋ? ਮੈਂ ਤੁਹਾਨੂੰ ਇਹ ਤਾਂ ਕਹਿ ਰਹੀ ਹਾਂ ਕਿ ਉਹ ਤਾਂ ਸੁਪਨਾ ਲੈ ਰਹੇ ਹੋ, ਜਦੋਂ ਗਵਰਨਰ ਇਹ ਆਪਣੀ ਸਟੇਟਮੈਂਟ ਦੇ ਕਿ ਮੇਰੇ ਨਾਲ ਡਿਸਕਸ ਨਹੀਂ ਹੋਇਆ, ਸਾਡੇ ਨਾਲ ਡਿਸਕਸ ਨਹੀਂ ਹੋਇਆ, ਪੂਰੀ ਪਾਰਲੀਮੈਂਟ ਕਹਿ ਰਹੀ ਹੈ ਸਾਡੇ ਨਾਲ ਡਿਸਕਸ ਨਹੀਂ ਹੋਇਆ, ਤਾਂ ਸਾਰੇ ਬੰਦੇ ਝੂਠ ਬੋਲ ਰਹੇ ਨੇ। ਪਾਰਲੀਮੈਂਟ ਵਿੱਚ ਕਿੱਥੋਂ ਆ ਗਈ ਫਿਰ? ਸੁਪਨਾ ਨਹੀਂ ਹੋਇਆ ਤਾਂ ਕਿਆ ਹੋਇਆ? ਪਾਰਲੀਮੈਂਟ ਕਿੱਥੋਂ ਆ ਗਈ ਫਿਰ? ਫੈਸਲਾ ਕਿਵੇਂ ਹੁੰਦਾ? ਮੈਂ ਤੁਹਾਨੂੰ ਇਹੀ ਤਾਂ ਕਹਿ ਰਹੀ ਹਾਂ। ਚਲੋ ਆਰਬੀਆਈ ਨਾਲ ਤਾਂ ਡਿਸਕਸ ਕਰਨਾ ਬੰਦਾ ਸੀਗਾ, ਫਿਰ ਫੈਸਲਾ ਕਿਵੇਂ ਹੁੰਦਾ ਜੇ ਸਾਰੇ ਸਾਰਿਆਂ ਨਾਲ ਡਿਸਕਸ ਕਰ ਲੈਂਦੇ? ਬਿਲਕੁਲ ਬਿਲਕੁਲ ਇੱਕ ਕਮੇਟੀ
150 लोग मरे ने वह अज मरते ना, लोगों के घर च राशन नहीं पक्या, लोगों को राशन नहीं मिलिया, लोग भुखे सोए ने, लोग लाइना च खड़े हो के बेहोश होकर गिरे ने। वह कारण सिर्फ एको एक सगा मोदी जी का होमवर्क ना करे बिना यह नोटबंदी लेके आना। आप जिस परपज वास्ते नोटबंदी लेके आए थे ना काला धन वापस आया, ना भ्रष्टाचार घट होया, उल्टा उस तो बाद नकली नोट ज्यादा फड़े जा रहे हैं। यह मतलब साफ है कि जीडीपी गिर रही है, यह की मतलब की है कि इन्होंने एक गलत फैसला किया सी, भुगत सारा देश रहे। रमेश सावला, एग्रीकल्चर इंडस्ट्री उनते असर पिया, रियल स्टेट इंडस्ट्री उनते असर पिया, इस असर तो हम चीजा बाहर किवें आउणगीआं? सर तुसी पहला इहदा नूं इक पुछ लो, इह सूरत दे विच जिहड़े हीरा कारोबारी सी उन्हों का भी उन्होंने सारे उस टाइम वर्कर्स निकाले जिहड़े कि अज तक सूरत नहीं आए। ये कहिंदे जी नीरव मोदी भज गया, वह भज गया, चलो किसी ने लोन दिता किसी ने किया, पर नोटबंदी तो बाद जिहड़े उन्हों की मंदी आई वह करजाई होए, खर्चे उन्होंने घटे नहीं, खर्चे घटे नहीं, उस तो बाद जिहड़ा जिन्ना चलिया जी वह इन्ने क लॉस च आ गए तो उन्होंने फिर यह लोन वापस करना इंट्रस्ट इन्ने क पै गए कि दौड़ना पै गया। दूसरी तुसी कहिंदे जी एग्रीकल्चर इंडस्ट्री जिंदी सी सारी मर गई क्योंकि लोगों को पैसा ही नहीं सी, खर्चन की पावर चली गई, ठीक है, टूरिज्म इंडस्ट्री मारी गई, होटलों च लोग नहीं गए, वो नहीं गए, ये तो वैसे कहते जी साड़ी जीडीपी बहुत ग्रो की थी। मैं उदो देखता सी कि मार्केटों के सन्नाटा छाया हुआ सी, लोगों अपने दुध पानी लैण नू पैसे नहीं सी, ना कि जा कोई करके किस तरह जाते। हिमांशु रामपाल जी, एक सरकार ने भी दावा किया बैंकों में पैसा आएगा, लोगों को असं कर्ज दे सकेंगे, लोग आपदी सहूलतों अगे बता सकन के, एक सुपना दिता कि सारे घर मिलेगा 2022 तक। सर मैं इतने एक चीज़ होर ऐड करना चाहवागा, क्योंकि साढ़े 15,44,000 करोड़ जिहड़ा सीगा सरप्लशन सीगा पैसा, तो हुण इस टाइम तकरीबन 19,00,000 करोड़ जिहड़ा हैगा, 5,00,000 करोड़ ज़्यादा 4,00,000 करोड़ ज़्यादा सरप्लशन दे विच हैगा पैसा। और तुसीं हुण बड़ा लेटेस्ट NPA दा चलदा पिया हैगा सारा कुछ। सर तुसीं देखो कि RBI इस टाइम इस पोजिशन 'च है कि वह किसी नूं लोन नहीं दे रही है, सर इन्ने सख्त होए पे हैगे। सरकार तक दी मिलूगा लोन? सर तुसी लेटेस्ट सर सारी खबरां पढ़ो सर, 60 मिंटां लोन सर ओदे वास्ते तुहानूं किन्नी सारी फॉर्मेलिटीज है सब कुछ है, चलो जो भी है, पर पैसा कित्थे हैगा सर सरकार को बैंक कोल है? बैंक कोल पैसा होगा तां ही देगा ना। NPAs तकरीबन कित्थे चला गया फिर इन्ना पैसा? सर हुण सर 2 साल लग गए गिनन च। सर तुसी NPAs 11,00,000 करोड़ हो गया सर तुहाडा, मैं थोड़े दिन पहले 10,00,000 करोड़ समय सुंदा पिया सी, कल ही मैं पढ़िया हैगा। सोखे शब्दां समझा दो साडे दर्शक, सोखे शब्दां विच समझदे आ जिन्हें भी डाटा अवेलेबल है दिन वधे सीगे, बाकी जे लोकां कोल पैसा नहीं हैगा लोकी कैशलैस कदों होणगे? उहनां कोल बेसिक चीजां नहीं हैगियां, मोबाइल नूं कित्थे यूज करनगे? सर ये चीज़ा है कैशलैस इकोनमी वास्ते तुहानू पूरा सिस्टम ऑर्गेनाइज करना पैंदा है। ठीक है मित्तल साहब, मित्तल साहब जदों तुसीं आपदा लेखा जोखा पेश करोगे सरकार दे 5 साल लेखा जोखा, नोटबंदी वाला जिहड़ा तुहाडा फैसला वह अचीवमेंट दे विच शामिल होवेगा कि नहीं होवेगा? देखो पहले तो मैं एक गल तुहानू दसनी चाहांगा कि जिहड़ी करंसी दी गल कीती है हुणे इन्होंने भी हिमांशु जी ने गल कीती है कि पैसा है नहीं मार्केट, पैसा क्यों नहीं है मार्केट दे विच, पैसा हैगा और लोग अपना ट्रांजैक्शन करते हैं कितने कौन कहता है, फिर तो बिल्कुल मार्केट क्रैश ही कर जाती जबकि मार्केट ग्रो कर रही है और तुसी इकोनॉमिक ग्रोथ बहुत ऊपर लेवल पे जा रही है। ना होता तो अपन कर्नाटका दे विच MLAs नु किवें ऑफर कर दे खरीदन दी? अगर पैसा ना होता पैसा सारा बीजेपी वाले को लेगा, टेंशन ना लो, आगे चुनाव आएंगे एक एक MLA खरीदे जाऊंगा। राजनीति कमेंट तो सारे किते जा दे नहीं, पर मेरे सवाल का जवाब जवाब देना पसंद करोगे? जश्न क्यों नहीं मना रहे फिर?
ਜਸ਼ਨ ਮਨਾਓ, ਪਹਿਲੇ ਸਮਝੋ ਗੱਲ, ਦੀਵਾਲੀ ਦੇ ਦੀਵੇ ਪਹਿਲੇ ਗੱਲ ਨੂੰ ਸਮਝੋ, ਐਡੇ ਵੱਡੇ ਪ੍ਰੋਗਰਾਮ ਕੀਤੇ, ਨੋਟਬੰਦੀ ਤੁਸੀਂ ਟੀਆਰਪੀ ਵੱਲ ਨੂੰ ਨਾ ਆਪਣਾ ਡਿਬੇਟ ਨੂੰ ਲੈ ਕੇ ਜਾਓ, ਜਿਹੜਾ ਸਵਾਲ ਕੀਤਾ ਸਵਾਲ ਬੜਾ ਸਿੰਪਲ ਹੈ, ਫਿਰ ਉਹਦਾ ਜਵਾਬ ਲਓ ਨਾ, ਤੁਸੀਂ ਮੈਨੂੰ ਤਾਂ ਬੋਲਣ ਨਹੀਂ ਦੇ ਰਹੇ, ਤੁਸੀਂ ਆਪਣਾ ਸਵਾਲ ਦੇ ਰਹੇ। ਦੇਖੋ ਨੋਟਬੰਦੀ ਦੇ ਜੋ ਵੀ ਉਹਦੇ ਪੋਜ਼ਿਟਿਵ ਪੁਆਇੰਟਸ ਹੈਗੇ ਆ, ਨੋਟਬੰਦੀ ਦੇ ਜੋ ਵੀ ਉਹਦੇ ਪੋਜ਼ਿਟਿਵ ਇਫੈਕਟਸ ਆਏ ਆ ਇੰਡੀਅਨ ਇਕਨੋਮੀ ਦੇ ਉੱਤੇ ਪੋਜ਼ਿਟਿਵ, ਸ਼ੁਰੂ 'ਚ ਇੱਕ ਵਾਰੀ ਡਿਪ ਜ਼ਰੂਰ ਆਇਆ, ਮੈਂ ਪਹਿਲੇ ਵੀ ਕਹਿ ਚੁੱਕਿਆ, ਲੇਕਿਨ ਅੱਜ ਦੀ ਤਰੀਕ 'ਚ ਜਿਸ ਤਰੀਕੇ ਨਾਲ ਇਕਨੋਮੀ ਨੂੰ ਦੁਬਾਰਾ ਸਰਕਾਰ ਨੇ ਰਿਵਾਈਵ ਕੀਤਾ, ਕੰਟਰੋਲ ਕੀਤਾ, ਉਹ ਸਾਰੀਆਂ ਗੱਲਾਂ ਜਦੋਂ ਅਸੀਂ 5 ਸਾਲ ਦਾ ਲੇਖਾ ਚੋਖਾ ਦੇਵਾਂਗੇ ਉਦੋਂ ਜ਼ਰੂਰ ਦੱਸਾਂਗੇ, ਉਦੋਂ ਜ਼ਰੂਰ ਦੱਸਾਂਗੇ। ਨੋਟਬੰਦੀ ਕਿਉਂ ਕੀਤੀ ਸੀ? ਸ਼ਾਂਤ ਰਹੋ, ਤੁਸੀਂ ਕਰ ਲਈ ਗੱਲ, ਤੁਸੀਂ ਜਵਾਬ ਦਿਓ, ਸ਼ਾਂਤ ਰਹੋ, ਮੈਨੂੰ ਇੱਧਰ ਜਵਾਬ ਦੇ ਦਿਓ, ਨਾ ਨਾ ਡਿਪੂ ਹੋਇਆ, ਮੈਂ ਤਾਂ ਇੱਧਰ ਜਵਾਬ ਦੇ ਰਿਹਾ, ਤੁਸੀਂ ਮੇਰੇ ਸਵਾਲ ਜਵਾਬ ਨਹੀਂ ਉਹਨਾਂ ਦੇ ਰਹੇ ਹੋ, ਮੈਂ ਤਾਂ ਮੈਨੂੰ ਕਿਉਂ ਕੀਤੀ ਸੀ ਦੱਸ ਦਿਓ, ਜਿਸ ਪਰਪਸ ਵਿੱਚ ਕੀਤੀ ਗਈ ਸੀ ਪਰਪਸ ਅਚੀਵ ਹੋਇਆ, ਬਿਲਕੁਲ ਹੋਇਆ, ਅਗਰ ਹੋਇਆ ਤਾਂ ਦੱਸੋ ਨਾ ਲੋਕਾਂ ਨੂੰ, ਬਿਲਕੁਲ ਹੋਇਆ, ਜੇ ਫਿਰ ਤਾਂ ਮਿੱਤਲ ਸਾਹਿਬ ਫਿਰ ਮੇਰਾ ਸਵਾਲ ਹੈ, ਫਿਰ ਤਾਂ ਜਸ਼ਨ ਮਨਾਉਣਾ ਚਾਹੀਦਾ ਸਰਕਾਰ ਨੂੰ। ਮੈਂ ਪਹਿਲੀ ਗੱਲ ਜਿਹੜੀ ਤੁਸੀਂ ਮੁੜ ਕੇ ਜਸ਼ਨ 'ਤੇ ਆਉਂਦੇ ਹੋ, ਮੈਂ ਜਿਹੜੀ ਗੱਲ ਕਹਿ ਰਿਹਾ ਕਿ ਇਕੋਨਮੀ ਦਾ ਇਹ ਮੁੱਦਾ ਹੈ, ਕੰਟਰੀ ਦੇ ਵਿੱਚ ਬਹੁਤ ਸਾਰੇ ਹੋਰ ਐਸੇ ਮੁੱਦੇ ਹੈ ਜਿਹਨਾਂ ਜਿਹੜੇ ਕਿ ਇਹਨਾਂ ਦੇ ਨਾਲ ਜੁੜੇ ਹੋਏ ਹੈ, ਇਸ ਕਰਕੇ ਅਸੀਂ ਉਹਨਾਂ ਦੇ ਵੱਲ ਆਪਣੇ ਕੋਰਸ ਕਰੈਕਸ਼ਨ। ਚਲੋ ਫਿਰ ਰਾਹੁਲ ਗਾਂਧੀ ਦਾ ਗੋਤਰ ਦੱਸ ਦਿਓ, ਅਸੀਂ ਬਣਾ ਦਿਆਂਗੇ, ਹੋਰ ਦੱਸੋ, ਚਲੋ ਕਿਆ ਗੱਲ ਕਰਦੇ ਹੋ, ਫਿਰ ਮੈਂ ਤੁਹਾਨੂੰ ਪੁੱਛਦਾ, ਤੁਸੀਂ ਰਾਹੁਲ ਗਾਂਧੀ ਨਾਲ ਕੁੜੀ ਵੀ ਆਣੀ ਹੈ, ਤੁਹਾਡੇ ਕੋਲ ਬਥੇਰੀਆਂ ਬਿਆਨ, ਬਹੁਤ ਗਲਤ ਬਿਆਨ, ਤੁਸੀਂ ਨਹੀਂ ਨਹੀਂ ਇਹ ਸੈਪਟੇਬਲ ਨਹੀਂ ਹੈਗੀ, ਬਹੁਤ ਗਲਤ ਬਿਆਨਬਾਜ਼ੀ, ਨਹੀਂ ਨਹੀਂ ਬਹੁਤ ਗਲਤ ਬਿਆਨਬਾਜ਼ੀ, ਅਸੀਂ ਜਾਤ ਪਾਤ ਵਿੱਚ ਉਲਝੇ ਹੋਏ, ਇਹੋ ਜਿਹੀ ਅਸੀਂ ਟਿੱਪਣੀਆਂ ਕਰਦੇ ਪਏ ਹਾਂ, ਇਹੋ ਜਿਹੀ ਟਿੱਪਣੀ ਨਹੀਂ ਹੋਣੀ ਚਾਹੀਦੀ, ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਅਸੀਂ ਕੋਸ਼ਿਸ਼ ਕੀਤੀ ਸੀ ਕਿ ਇਸ ਮੁੱਦੇ ਤੇ ਜਿਹੜਾ ਉਹ ਸੰਜੀਦਾ ਚਰਚਾ ਕੀਤੀ ਜਾਵੇ, ਹਾਲਾਂਕਿ ਕਈ ਚੀਜ਼ਾਂ ਇਹੋ ਜਿਹੀਆਂ ਪੋਲੀਟੀਕਲ ਸਟੇਟਮੈਂਟ ਆ ਜਾਂਦੀਆਂ ਜਿਹੜੀਆਂ ਕਿ ਅਸੈਪਟੇਬਲ ਨਹੀਂ ਹੈਗੀਆਂ, ਪਰ ਅਸੈਪਟੇਬਲ ਦੇਸ਼ ਨੂੰ ਕੀ ਹੈਗਾ, ਸਵਾਲ ਇਹ ਹੈਗਾ, ਨੋਟਬੰਦੀ 2 ਸਾਲ, ਭਾਰਤ ਦਾ ਕੀ ਹਾਲ ਹੈ, ਅਸੀਂ ਸਵਾਲ ਇੱਕੋ ਹੀ ਪੁੱਛਿਆ ਸੀਗਾ, ਇਸ ਸਵਾਲ ਦਾ ਜਵਾਬ ਹੈਗਾ ਅੱਜ ਦੀ ਤਰੀਕ ਦੇ ਵਿੱਚ ਦੇਸ਼ ਦੀ ਸਰਕਾਰ ਹੈ ਜਿਹੜੀ ਜਸ਼ਨ ਨਹੀਂ ਮਨਾ ਸਕਦੀ ਕਿਉਂਕਿ ਨੋਟਬੰਦੀ 'ਤੇ ਸਰਕਾਰ ਘਿਰੀ ਪਈ ਹੈ। ਪਰ ਸਵਾਲ ਬਹੁਤ ਮਹੱਤਵਪੂਰਨ ਹੈ, ਇਸ ਨੋਟਬੰਦੀ ਦਾ ਅਸਰ ਆ ਜਿਹੜਾ ਉਹ ਦੇਸ਼ ਦੇ ਅਰਥਚਾਰੇ ਨੂੰ ਕਿਤੇ ਡੋਬ ਤਾਂ ਨਹੀਂ ਲੈ ਜਾਏਗਾ, ਸਵਾਲ ਬਹੁਤ ਮਹੱਤਵਪੂਰਨ ਹੈ, ਇਸ ਸਵਾਲ ਦਾ ਜਵਾਬ ਅਰਥਸ਼ਾਸਤਰੀ ਦੇ ਸਕਦੇ ਹੈ। ਇੱਥੇ ਅਸੀਂ ਚਰਚਾ ਕੀਤੀ ਹੈ, ਅਸੀਂ ਇੱਕੋ ਸਵਾਲ ਕੀਤਾ ਸੀਗਾ ਕਿ ਕਿਸ ਤਰੀਕੇ ਨਾਲ ਦੇਸ਼ ਦੀ ਅਰਥ ਵਿਵਸਥਾ ਚੱਲਦੀ ਪਈ ਹੈਗੀ ਹੈ, ਉਸ ਦਾ ਜਵਾਬ ਨਾ ਪੱਖੀ ਮਿਲਿਆ, ਬਾਕੀ ਤੁਸੀਂ ਆਪ ਸਮਝਦਾਰ ਹੋ। ਬਹੁਤ ਧੰਨਵਾਦ।